ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਠਿੰਡੇ ਦੀ ਧਰਤੀ ਤੋਂ ਇਸ ਟਾਈਮ ਅਕਾਲ ਚੈਨਲ ਦੇ ਮਾਧਿਅਮ ਨਾਲ ਤੁਹਾਨੂੰ ਜੋੜ ਰਿਹਾ ਹੈਗਾ। ਬਠਿੰਡੇ ਵਿਖੇ ਦਲ ਖਾਲਸਾ ਦੇ ਯੂਥ ਜਥੇਬੰਦੀਆਂ ਦੇ ਨਾਲ ਨਾਲ ਹੋਰ ਅਣਗਿਣਤ ਜਥੇਬੰਦੀਆਂ ਇੱਥੇ ਪਹੁੰਚੀਆਂ ਹੈਗੀਆਂ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ। ਪ੍ਰੋਟੈਸਟ ਬਾਰੇ ਗੱਲਬਾਤ ਕਰਾਂਗੇ। ਇਹਨਾਂ ਦੇ ਵਿੱਚ ਮੈਂ ਜੇ ਮੇਨ ਨਾਵਾਂ ਦੀ ਗੱਲ ਕਰਾਂ ਇਸ ਟਾਈਮ ਦੇ ਉੱਤੇ, ਪਰਮਜੀਤ ਸਿੰਘ ਮੰਡ ਜਿਹੜੇ ਯੂਥ ਤੋਂ ਹੈਗੇ ਆ, ਜੇ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਹੈਗੇ ਆ ਉਹ ਪਹੁੰਚੇ ਹੈਗੇ ਆ, ਪ੍ਰੋਫੈਸਰ ਬਲਜਿੰਦਰ ਸਿੰਘ ਜੀ ਪਹੁੰਚੇ ਹੈਗੇ ਆ, ਜਸਬੀਰ ਸਿੰਘ ਜੀ ਖੰਡੂਰ ਪਹੁੰਚੇ ਹੈਗੇ ਆ, ਪਰਮਜੀਤ ਸਿੰਘ ਟਾਂਡਾ ਯੂਥ ਤੋਂ ਪਹੁੰਚੇ ਹੈਗੇ ਆ, ਯੂਥ ਜਿਹੜਾ ਕਿ ਦਲ ਖਾਲਸਾ ਦੇ ਨਾਲ ਹੈਗਾ ਉਹ ਤੋਂ ਪਹੁੰਚੇ ਹੈਗੇ ਆ, ਭਾਈ ਨਰਾਇਣ ਸਿੰਘ ਜੀ ਚੌੜਾ ਵੇਖ ਸਕਦੇ ਨਾਲ ਪਹੁੰਚੇ ਹੈਗੇ ਆ, ਬਾਬਾ ਹਰਦੀਪ ਸਿੰਘ ਮਹਿਰਾਜ ਪਹੁੰਚੇ ਹੈਗੇ ਆ, ਬਲਦੇਵ ਸਿੰਘ ਸਿਰਸਾ ਜਿਹੜੇ ਕਿ ਪਹਿਲੀ ਕਤਾਰ ਦੇ ਵਿੱਚ ਮੇਨ ਸਾਰੇ ਲੀਡਰ ਇਸ ਟਾਈਮ ਉੱਤੇ ਵਿਰੋਧਤਾ ਕਿਹੜੇ ਕੰਮ ਦੀ ਹੋ ਰਹੀ ਆ, ਵੋਟਾਂ ਦੀ ਵਿਰੋਧਤਾ ਹੋ ਰਹੀ ਆ ਜਾਂ ਕਿਹੜੀ ਗੱਲਬਾਤ ਕਰ ਰਿਹਾ ਹੈਗਾ, ਇਹਦੇ ਬਾਰੇ ਆਪਾਂ ਉਹਨਾਂ ਕੋਈ ਚਾਨਣਾ ਪਾਉਣਗੇ। ਵੀਰ ਪਰਮਜੀਤ ਸਿੰਘ ਸਾਡੇ ਨਾਲ ਹੈਗੇ ਆ, ਜਿਨ੍ਹਾਂ ਨੇ ਕਿ ਪ੍ਰੋਗਰਾਮ ਲਿਖਿਆ ਹੈਗਾ। ਵੀਰ ਪਰਮਜੀਤ ਕੀ ਕਹਿਣਾ ਚਾਹੋ, ਅਕਾਲ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਵਿਦੇਸ਼ਾਂ 'ਚ ਦੇਖਿਆ ਜਾ ਰਿਹਾ, ਕਾਹਦਾ ਪ੍ਰੋਟੈਸਟ ਕੀਤਾ ਜਾ ਰਿਹਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਇਹ ਰੋਸ ਮਾਰਚ ਕੀਤਾ ਗਿਆ ਆ ਉਹਦਾ ਮੁੱਖ ਕਾਰਨ ਜਿਹੜਾ ਆ ਉਹ ਇਹ ਆ ਕਿ ਜਿਹੜਾ ਜੱਗੀ ਜੌਲ ਅਤੇ ਉਸਦੇ ਸਾਥੀਆਂ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਪੰਜਾਬ ਦੀਆਂ ਜੇਲ੍ਹਾਂ 'ਚ ਜਿਹੜਾ ਤਬਦੀਲ ਕਰਕੇ NIA ਦੇ ਹਵਾਲੇ ਕੀਤਾ ਜਾ ਰਿਹਾ ਆ। ਸੋ ਇੱਕ ਤਾਂ ਇਹ ਆ, ਦੂਸਰਾ ਇਹ ਆ ਜਿਹੜਾ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਬਦਲੀ ਕੀਤੀ ਗਈ ਸੀ ਇਲੈਕਸ਼ਨ ਕਮਿਸ਼ਨਰ ਵੱਲੋਂ, ਉਸ ਦਾ ਵਿਰੋਧ ਕਰਨ ਦੇ ਲਈ। ਤੀਸਰਾ ਜਿਹੜਾ ਝੂਠੇ ਜਿਹੜੇ ਮੁਕੱਦਮੇ ਪਾ ਕੇ, ਝੂਠੇ ਕੇਸ ਪਾ ਕੇ ਜਿਵੇਂ ਲੱਕੇ ਸਦਾਣੇ ਜਾਂ ਹੋਰ ਲੋਕਾਂ ਨੂੰ ਫਸਾਇਆ ਜਾ ਰਿਹਾ ਆ, ਸੋ ਉਹਨਾਂ ਚੀਜ਼ਾਂ ਦੇ ਖਿਲਾਫ ਅਸੀਂ ਅੱਜ ਦਾ ਇਹ ਰੋਸ ਮਾਰਚ ਕਰਦੇ ਪਏ ਹਾਂ, ਜਿਹੜਾ ਗੁਰੂਸਰ ਮਹਾਰਾਜ ਤੋਂ ਚੱਲ ਕੇ ਅੱਜ ਗੁਰਦੁਆਰਾ ਹਾਜੀ ਰਤਨ ਪਹੁੰਚਿਆ ਸੀ, ਅਤੇ ਇੱਥੋਂ ਚੱਲ ਕੇ ਅਸੀਂ ਜਿਹੜਾ ਆ ਉਹ DC ਆਫਿਸ ਤੱਕ ਜਿਹੜਾ ਆ ਆਪਣੀ ਆਵਾਜ਼ ਲੈ ਕੇ ਜਾਵਾਂਗੇ। DC ਆਫਿਸ ਵਿੱਚ ਕੋਈ ਮੈਮੋਰੈਂਡਮ ਦਿੱਤਾ ਜਾਊਗਾ ਜਾਂ ਲਿਖਤੀ ਜਾਂ ਕਿ ਕੇਵਲ ਮਾਰਚ ਕੱਢ ਕੇ ਉੱਥੇ ਸਮਾਪਤੀ ਕਰਤੀ ਜਾਊ? ਨਹੀਂ, ਇਹਦਾ ਕੋਈ ਮੰਗ ਨਹੀਂ ਗਾ, ਕਿਉਂਕਿ ਇਹ ਸਾਰੇ ਦਾ ਸਾਰਾ ਨਿਜ਼ਾਮ ਇੱਕੋ ਲੜੀ ਦੇ ਵਿੱਚ ਪਰੋਇਆ ਹੋਇਆ ਆ। ਤੁਸੀਂ ਇਸ ਨੂੰ ਵੇਖੋ ਕਿ ਉਹੀ ਲੋਕ ਨੇ ਜਿਹੜੇ ਪਰਚੇ ਕਰਦੇ ਪਏ ਨੇ, ਸਾਡਾ ਉਹਨਾਂ ਨੂੰ ਕੋਈ ਮੈਮੋਰੈਂਡਮ ਨਹੀਂ ਆ, ਸਾਡੀ ਉਹਨਾਂ ਤੋਂ ਕੋਈ ਮੰਗ ਨਹੀਂ ਗੀ, ਸਾਡਾ ਇੱਕ ਸਿੰਬੋਲਿਕ ਪ੍ਰੋਟੈਸਟ ਆ ਕਿ ਉਹ ਜਿਹੜੇ ਇਹ ਧੱਕੇ ਕਰਦੇ ਨੇ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੂੰ ਜਿਹੜਾ ਆ ਬੰਦ ਕਰੋ। ਧੰਨਵਾਦ ਪਰਮਜੀਤ ਜੀ। ਪਰਮਜੀਤ ਸਿੰਘ ਮਨ ਸਾਡੇ ਨਾਲ ਜੁੜੇ ਹੈਗੇ ਆ, ਵੀਰ ਜੀ ਕੀ ਕਹਿਣਾ ਚਾਹੋਗੇ? ਇਹ ਜਿਹੜਾ ਇਸ ਟਾਈਮ ਦੇ ਉੱਤੇ ਵੀਰ ਜੀ ਨੇ ਗੱਲ ਕੀਤੀ ਹੈਗੀ ਆ, ਪਰਚਾ ਜਿਵੇਂ ਲੱਕੇ ਸਿਧਾਣੇ 'ਤੇ ਹੋ ਗਿਆ ਪਰਚਾ, ਉਹਦੇ ਕੈਂਸਲ ਕਰਾਉਣ ਵਾਸਤੇ ਜਿਹੜਾ ਤੁਸੀਂ ਸੰਘਰਸ਼ ਆਰੰਭ ਕੀਤਾ ਹੈਗਾ ਵਾ ਜੱਗੀ ਚੌਲ ਦੇ ਮਸਲੇ 'ਤੇ, ਜਿਹੜਾ ਤੁਸੀਂ ਇਸ ਟਾਈਮ ਪ੍ਰੋਟੈਸਟ ਕਰ ਰਹੇ ਆ? ਸਭ ਤੋਂ ਪਹਿਲਾਂ ਤਾਂ ਜਿਹੜੀ ਭਾਈ ਜਗਤਾਰ ਸਿੰਘ ਜੱਗੀ ਚੌਲ ਹੋਣਾ ਦੇ ਕੇਸ ਦੀ ਗੱਲ ਹੈ ਕਿ ਉਹਨਾਂ ਨੂੰ NIA ਦੇ ਕੋਲ ਲਿਜਾ ਕੇ ਦਿੱਲੀ ਦੇ ਵਿੱਚ ਸਪੈਸ਼ਲ ਕੋਰਟ ਲਵਾ ਕੇ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਚੱਲ ਰਹੀ ਹੈ। ਪੂਰੇ ਜਿਹੜੀ ਹਿੰਦੁਸਤਾਨ ਸਰਕਾਰ ਹੈ ਉਹਦੀ ਦੁਨੀਆ ਦੇ ਅੰਦਰ ਬਹੁਤ ਮਿੱਟੀ ਪੱਟ ਹੋਈ ਹੈ, ਪਲੀਤ ਹੋਈ ਹੈ। UK ਦੇ ਵਿੱਚ ਉੱਥੋਂ ਦੀ ਗੌਰਮੈਂਟ ਨੇ ਔਰ ਈਵਨ ਕਿ ਮੈਂਬਰ ਪਾਰਲੀਮੈਂਟ ਨੇ ਵੀ ਉਹਨਾਂ ਨੂੰ ਜਿਹੜਾ ਇਸ ਗੱਲ ਲਈ ਬਹੁਤ ਜਿੱਦਾਂ ਕਹਿ ਲਓ ਕਿ ਇਹਦੇ ਲਈ ਉਹਨਾਂ ਨੇ ਗਿਲਟੀ ਫੀਲ ਕਰਾਇਆ ਕਿ ਤੁਸੀਂ ਇਹ ਗਲਤ ਕਰ ਰਹੇ ਹੋ। ਸੋ ਇਹਨਾਂ ਦੀ ਜਿਹੜੀ ਉੱਥੋਂ ਹਾਸੋਹੀਣੀ ਅਤੇ ਬੇਇੱਜ਼ਤੀ ਹੋਈ ਹੈ, ਇਹ ਉਹਦਾ ਬਦਲਾ ਲੈਣ ਦੇ ਲਈ ਉਹਨਾਂ ਨੂੰ ਦਿੱਲੀ ਜਿਹੜੀ ਹੈ NIA ਦੇ ਕੋਲ ਲੈ ਕੇ ਜਾ ਰਹੇ ਨੇ। ਇਹ ਸਰਾਸਰ ਧੱਕਾ ਹੈ, ਬੇਇਨਸਾਫੀ ਹੈ। ਅਸੀਂ ਚਾਹੁੰਦੇ ਹਾਂ ਕਿ ਅਸੀਂ ਤਾਂ ਇਹ ਗੱਲ ਕਹਿ ਰਹੇ ਸੀ ਕਿ ਉਹ ਬੇਕਸੂਰੀ ਉਹਨੂੰ ਰਿਹਾਅ ਕੀਤਾ ਜਾਵੇ, ਪਰ ਇਹਨਾਂ ਨੇ ਸਾਨੂੰ ਅਸਲ ਮੁੱਦੇ ਤੋਂ ਭਟਕਾ ਦਿੱਤਾ। ਹੁਣ ਸਿੱਖ ਇਹ ਗੱਲ ਕਹਿਣਗੇ ਰਿਹਾਈ ਦੀ ਬਜਾਏ ਕਿ ਉਹਨਾਂ ਨੂੰ ਪੰਜਾਬ 'ਚ ਤਬਦੀਲ ਕਰ ਲਓ, ਸਰਕਾਰ ਇਹ ਹੁਣ ਕਰਨਾ ਚਾਹੁੰਦੀ ਹੈ। ਪਰ ਸਾਡੇ ਲਈ ਬੇਸਿਕਲ ਮੁੱਦਾ ਹੈ ਕਿ ਉਹ ਬੇਕਸੂਰ ਨੇ, ਉਹ ਅਕਿਊਜ਼ ਨੇ, ਉਹਨਾਂ ਨੂੰ ਤੁਸੀਂ ਦੋਸ਼ ਲਾਏ ਨੇ ਪਰ ਦੋਸ਼ ਹਾਲੇ ਕੋਈ ਵੀ ਕਲੀਅਰ ਨਹੀਂ ਹੋਏ, ਉਹ ਦੋਸ਼ੀ ਪਾਏ ਨਹੀਂ ਗਏ, ਉਹਨਾਂ ਨੂੰ ਪਹਿਲੇ ਕਸੂਰਵਾਰ ਬਣਾ ਦਿੱਤਾ ਗਿਆ। ਸੋ ਅੱਜ ਦਾ ਜਿਹੜਾ ਸਾਡਾ ਮਾਰਚ ਹੈ ਜਿੱਥੇ ਅਸੀਂ ਉਹਨਾਂ ਦੀ ਪੰਜਾਬ ਦੇ ਵਿੱਚ ਇੱਥੇ ਸ਼ਿਫਟ ਦੀ ਗੱਲ ਕਰਦੇ, ਉੱਥੇ ਉਹਨਾਂ ਦੀ ਪੱਕੀ ਰਿਹਾਈ ਦੀ ਵੀ ਗੱਲ ਕਰਦੇ ਹਾਂ। ਬਿਲਕੁਲ ਵੀਰ ਜੀ, ਦੂਜੀ ਜਿਹੜਾ ਲੱਖਾਂ ਸਧਾਣੇ 'ਤੇ 307 ਦਾ ਪਰਚਾ ਦਰਜ ਹੋਇਆ ਵਾ, ਹੋਰ ਅਣਗਿਣਤ ਪਰਚੇ ਜਿਹੜੇ ਕਿ ਇੱਦਾਂ ਕੀਤੇ ਜਾਂਦੇ ਹੈਗੇ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜੀ ਵੀਰ ਲੱਖੇ ਸਧਾਣੇ ਦੀ ਗੱਲ ਹੈ, ਸਰਕਾਰਾਂ ਹਮੇਸ਼ਾ ਹੀ ਜਿਹੜੀਆਂ ਇਹਨਾਂ ਦੀਆਂ ਕਾਲੀਆਂ ਕਰਤੂਤਾਂ, ਜੇ ਮਾੜੇ ਕੰਮ ਹੈ ਜਿਹੜੇ ਲੋਕ ਉਹਨਾਂ ਖਿਲਾਫ਼ ਬੋਲਦੇ ਨੇ, ਉਹਨਾਂ ਨੂੰ ਚੁੱਪ ਕਰਾਉਣ ਲਈ, ਉਹਨਾਂ ਨੂੰ ਥ੍ਰੈਟ ਕਰਨ ਲਈ, ਉਹਨਾਂ ਨੂੰ ਡਰਾਉਣ ਲਈ ਇਹੋ ਜਿਹੇ ਝੂਠੇ ਕੇਸ ਜਿਹੜੇ ਆ ਉਹਨਾਂ 'ਤੇ ਬਣਾਉਂਦੇ ਨੇ, ਔਰ ਹੌਲੀ ਹੌਲੀ ਉਹ ਆਪਣੇ ਆਪ ਹੀ ਉਹਨੂੰ ਖਾਰਜ ਵੀ ਕਰ ਦਿੰਦੇ ਆ। ਲੱਖੇ ਸਧਾਣੇ ਨੇ ਵੀ ਹੁਣ ਪਿਛਲੇ ਦਿਨਾਂ ਦੇ ਵਿੱਚ ਸਰਕਾਰਾਂ ਨੂੰ ਬਹੁਤ ਸਾਰੇ ਮਸਲਿਆਂ ਦੇ ਉੱਤੇ ਜਿਹੜੀ ਆ ਝਾੜ ਪਾਈ ਹੈ। ਇਹ ਇੱਕ ਰਾਜਨੀਤੀ ਤੋਂ ਪ੍ਰੇਰਿਤ ਇੱਕ ਪਰਚਾ ਉਹਨਾਂ ਨੇ ਪਾਇਆ ਝੂਠਾ, ਜਿਹੜਾ ਕਿ ਖਾਰਜ ਹੋਣਾ ਚਾਹੀਦਾ, ਰੱਦ ਹੋਣਾ ਚਾਹੀਦਾ। ਇਹ ਵੋਟਾਂ ਦੇ ਦਿਨਾਂ ਦੇ ਵਿੱਚ ਇਹ ਮਾਰਚ ਰੱਖਣ ਦਾ ਕੀ ਮਕਸਦ ਸੀ ਤੁਹਾਡਾ, ਕਿਉਂਕਿ ਇੱਕ ਜਾਂ ਦੋ ਦਿਨ ਵਿੱਚ ਰਹਿ ਚੁੱਕੇ ਹੈਗੇ ਵੋਟਾਂ ਦੇ, ਸਰਕਾਰਾਂ ਤੱਕ ਆਵਾਜ਼ ਪਹੁੰਚਾਉਣ ਦਾ ਤਰੀਕਾ ਤੁਸੀਂ ਸਮਝ ਰਹੇ ਆ? ਨਹੀਂ, ਦੇਖੋ ਮੈਂ ਇਹ ਗੱਲ ਬੜੀ ਸਪਸ਼ਟ ਕਰਦਿਆਂ ਕਿ ਅਸੀਂ ਚੋਣਾਂ ਦੇ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੋਇਆ ਪਾਰਟੀ ਨੇ। ਸਾਡਾ ਅੱਜ ਦਾ ਜਿਹੜਾ ਮਾਰਚ ਹੈ ਕਿਸੇ ਦੀ ਮੁਖਾਲਫਤ ਜਾਂ ਕਿਸੇ ਦੇ ਹੱਕ ਲਈ ਨਹੀਂ ਹੈ। ਸਾਡੇ ਜਿਹੜੇ ਚਾਰ ਅੱਜ ਦੇ ਵਿਸ਼ੇ ਨੇ ਕਿ ਜਿਹੜਾ ਭਾਈ ਜੱਗੀ ਚੌਲ ਨੂੰ ਉੱਥੇ ਦਿੱਲੀ ਉਹਨਾਂ ਦੇ ਸਾਥੀਆਂ ਨੂੰ ਲਿਜਾਇਆ ਜਾ ਰਿਹਾ, ਲੱਖੇ ਸਧਾਣੇ 'ਤੇ ਝੂਠਾ ਕੇਸ ਪਾਇਆ ਗਿਆ,
और जिहड़े कुंवर विजय प्रताप सिट जिहड़ी बनाई गई सी उहदे विच जिहड़ी उहनां दी पूरी इन्वेस्टिगेशन च उहनां दा अहम रोल सी और मोदी ने इलैक्शन कमिश्नर नूं हथ ठोका बना के उहनां नूं उत्थों बाहर कीता उहदे खिलाफ है। बिल्कुल जी, अज दा जिहड़ा प्रोटेस्ट हैगा वा इह लखे सधाणे ते जिहड़ा झूठा परचा पाया हैगा उहनूं रद्द कराउण दी खातर ਦੱਸਿਆ ਹੈਗਾ ਕਿ ਇੱਕ ਪਾਸੇ ਤੇ ਕਿਤੇ ਨਾ ਕਿਤੇ ਰਿਹਾਈ ਦੀ ਮੰਗ ਹੋ ਰਹੀ ਆ, ਦੂਜੇ ਪਾਸੇ ਜੱਗੀ ਜੋ ਟਾਈਮ ਦੇ ਉੱਤੇ ਤੋਂ ਦਿੱਲੀ ਨੂੰ ਤਬਦੀਲ ਜਾਂਦਾ ਵਾ, ਪਾਸੇ ਜਿਹੜੇ ਜੇਲ੍ਹਾਂ ਤੋਂ ਬਾਹਰ ਹੈਗੇ ਆ ਉਹਨਾਂ ਨੂੰ ਪੰਜਾਬ ਲਿਆਉਣ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਹੈਗੀਆਂ ਵਾ, ਪਰ ਦੂਜੇ ਜੱਗੀ ਜੋਲ ਅਤੇ ਹੋਰ ਅਨੇਕਾਂ ਵੀਰ ਉਹਦੇ ਨਾਲ ਜਿਹੜੇ ਹੈਗੇ ਆ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਦਿੱਲੀ ਦੀ ਜੇਲ੍ਹ ਨੂੰ ਤਬਦੀਲ ਕੀਤਾ ਜਾਂਦਾ, ਉਸ ਦੇ ਰੋਸ ਵਜੋਂ ਉਹ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ। ਹੈਲੋ, ਇਸ ਟਾਈਮ ਵੇਖ ਸਕਦੇ ਹੈਗੇ ਬਠਿੰਡੇ ਦੀ ਧਰਤੀ ਤੋਂ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਨਾਲ ਜੋੜਿਆ ਹੈਗਾ ਵਾ। ਬਠਿੰਡੇ ਦੇ ਵਿੱਚ ਜਿਵੇਂ ਕਿ ਸਵੇਰ ਦੇ ਟਾਈਮ ਪ੍ਰੋਟੈਸਟ ਕੀਤਾ ਗਿਆ ਸੀ ਇੱਥੇ ਆਂਗਣਵਾੜੀ ਵਰਕਰਾਂ ਵੱਲੋਂ, ਅਤੇ ਇਸ ਟਾਈਮ ਦੇ ਉੱਤੇ ਵੱਖੋ ਵੱਖਰੇ ਜਥੇਬੰਦੀਆਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਵਾ। ਜਿਵੇਂ ਕਿ ਜੱਗੀ ਜੌਲ ਅਤੇ ਅਨੇਕਾਂ ਸਿੰਘ ਨਾਲ ਹੈਗੇ ਸੀ ਉਹਨਾਂ ਨੂੰ ਜੇਲ੍ਹ ਤਬਦੀਲ ਕਰ ਦਿੱਤਾ ਗਿਆ ਹੈਗਾ ਵਾ, ਉਹਦੇ ਵਿਰੋਧ ਦੇ ਵਿੱਚ ਜੱਗੀ ਜੌਲ ਨੂੰ ਰਿਹਾਈ ਦੀ ਗੱਲ ਚੱਲ ਰਹੀ ਹੈਗੀ ਆ, ਜੱਗੀ ਜੌਲ ਨੂੰ ਰਿਹਾਅ ਕੀਤਾ ਜਾਵੇ। ਅਤੇ ਇੱਥੋਂ ਤੱਕ ਕਿ ਦੂਜੇ ਪਾਸੇ ਜੇ ਲੱਖੇ ਸਧਾਣੇ ਦੀ ਗੱਲ ਕਰਦੇ ਹਾਂ ਤਾਂ ਲੱਖੇ ਸਧਾਣੇ ਦੇ ਉੱਤੇ 307 ਦਾ ਮੁਕੱਦਮਾ ਦਰਜ ਹੋਇਆ, ਉੱਤੇ ਨਾਲ ਅਣਪਛਾਤਿਆਂ 'ਤੇ ਵੀ ਪਰਚਾ ਦਰਜ ਹੋਇਆ, ਉਹਨਾਂ ਨੂੰ ਪਰਚਾ ਰੱਦ ਕਰਵਾਉਣ ਦੀ ਮੰਗ ਹੈਗੀ ਆ। ਮੇਨ ਵੇਖਦੇ ਹਾਂ ਜਿਹੜਾ ਪ੍ਰੋਟੈਸਟ ਹੈਗਾ ਵਾ ਇਹ ਕਿੰਨਾ ਕੁ ਕਾਮਯਾਬ ਹੁੰਦਾ ਵਾ, ਕਿਉਂਕਿ ਇੱਕ ਪਾਸੇ ਵੋਟਾਂ ਦੇ ਕੁਛ ਦਿਨ ਰਹਿ ਚੁੱਕੇ ਆ, ਦੂਜੇ ਪਾਸੇ ਇਹ ਜਿਹੜੇ ਵੀਰ ਹੈਗੇ ਆ ਲੱਖਾਂ ਸਧਾਣਾਂ ਨੂੰ ਪਿਆਰ ਕਰਨ ਵਾਲੇ, ਅਤੇ ਜੱਗੀ ਜੌਲ ਜਿਹੜਾ ਕਿ ਝੂਠੇ ਕੇਸ ਦੇ ਵਿੱਚ ਜਿਹਨੂੰ ਸਜ਼ਾ ਦਿੱਤੀ ਗਈ ਹੈਗੀ ਆ, ਕਹਿ ਰਹੇ ਹੈਗੇ ਕਿ ਇਹਨਾਂ ਵੀਰਾਂ ਦਾ ਕਹਿਣਾ ਹੈਗਾ ਕਿ ਉਹ ਜਿਹੜਾ ਝੂਠਾ ਪਰਚਾ ਹੈਗਾ ਵਾ ਲੱਖੇ ਸਧਾਣੇ ਵਾ ਰੱਦ ਹੋਣਾ ਚਾਹੀਦਾ, ਅਤੇ ਜੱਗੀ ਜੌਲ ਨੂੰ ਜਿਹੜੀ ਜੇਲ੍ਹ ਤਬਦੀਲ ਕੀਤੀ ਗਈ ਆ ਜੇਲ੍ਹ ਤਬਦੀਲ ਨਹੀਂ ਹੋਣੀ ਚਾਹੀਦੀ, ਜੱਗੀ ਜੌਲ ਰਿਹਾਅ ਹੋਣਾ ਚਾਹੀਦਾ ਵਾ। ਸਾਡੇ ਨਾਲ ਹੋਰ ਵੀਰ ਹੈਗੇ, ਕੀ ਸ਼ਮਨਾ ਵੀਰ ਜੀ, ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਤਪਾ ਮੰਡੀ ਤੋਂ ਜੀ। ਅੱਜ ਕਾਹਦੇ ਵਾਸਤੇ ਪ੍ਰੋਟੈਸਟ ਕਰ ਰਹੇ ਤੁਸੀਂ? ਅਸੀਂ ਅਕਾਲੀ ਦੇ ਨਸ਼ੇ ਪੱਤੇ ਬਾਰੇ ਦਰਸ਼ਨ ਕਰਨ ਵਾਸਤੇ 20-25 ਮੁੰਡੇ ਅਸੀਂ ਤਪਾ ਮੰਡੀ ਤੋਂ ਆਏ ਹਾਂ ਜੀ। ਅਤੇ ਲੱਖੇ ਸਧਾਣ ਜਿਹੜਾ ਪਰਚਾ ਦਰਜ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹੋਰ ਸਾਡਾ ਵੀਰੇ ਕੀ ਸ਼ੁਭ ਨਾਮ ਵੀਰ ਜੀ? ਵੀਰ ਜੀ ਗੁਰਪ੍ਰੀਤ ਸਿੰਘ ਮੇਰਾ ਨਾਮ ਵੀਰੇ। ਗੁਰਪ੍ਰੀਤ ਸਿੰਘ, ਲੱਖੇ ਸਧਾਣੇ ਦੇ ਪਰਚਾ ਦਰਜ ਹੋਇਆ ਵਾ 307 ਦਾ, ਦੂਜੇ ਪਾਸੇ ਜੱਗੀ ਜੌਲ ਦੀ ਰਿਹਾਈ ਦੀ ਮੰਗ ਰੱਖੀ ਹੈਗੀ ਆ, ਤੁਹਾਡੇ ਮੇਨ ਪ੍ਰੋਟੈਸਟ ਦੇ ਕੀ ਕਹਿਣਾ ਚਾਹੋਗੇ? ਸਰ ਜਿਹੜਾ ਲੱਖਾ ਸਧਾਣਾ ਵੀਰ 'ਤੇ ਨਾ 307 ਦਾ ਪਰਚਾ ਹੋਇਆ ਇਹ ਰੱਦ ਹੋਣਾ ਚਾਹੀਦਾ, ਸ਼ਰੇਆਮ ਝੂਠਾ। ਅਸੀਂ ਨਾਲ ਸੀਗੇ ਜੀ, ਇਕੱਲਾ ਲੱਖਾ ਸਧਾਣਾ ਹੀ ਦਿਖਿਆ ਇਹਨਾਂ ਨੂੰ, ਦਾਦੂ ਵਾਲ ਮਾਂਡੋਰ ਹੀ ਨਹੀਂ ਦਿਸੇ ਉੱਥੇ, ਸਾਰਾ ਇਹਨਾਂ ਨੇ ਜੱਖਣਾ ਪੱਟ ਦੀ ਲੜਾਈ ਕਰਕੇ ਵੀ। ਮੈਂ ਤਾਂ ਇਹ ਕਹਿਣਾ ਵੀ ਲੱਖੇ ਵੀਰ 'ਤੇ 307 ਦਾ ਪਰਚਾ ਕੈਂਸਲ ਹੋਣਾ ਚਾਹੀਦਾ, ਸ਼ਰੇਆਮ ਝੂਠਾ ਪਰਚਾ ਹੈ। ਮੈਂ ਕੈਪਟਨ ਸਰਕਾਰ ਨੂੰ ਵੀ ਇਹੀ ਮੰਗ ਕਰਦਾ ਵੀ ਵੱਧ ਤੋਂ ਵੱਧ ਇਹਨਾਂ ਦੇ ਪਰਚੇ ਰੱਦ ਕੀਤੇ ਜਾਣ, ਜਿਹੜੇ ਝੂਠੇ ਪਰਚੇ ਸਾਰੇ ਰੱਦ ਕੀਤੇ ਜਾਣ, ਬਹੁਤ ਦੁਖੀ ਨੇ ਪੰਜਾਬ ਦੇ ਲੋਕ। ਸੁਖਰਾਜ ਸਿੰਘ ਨਿਆਮੀ ਵਾਲਾ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਹੈਗੇ ਆ, ਸਾਰੇ ਪ੍ਰੋਟੈਸਟ ਦੇ ਵਿੱਚ ਇਹ ਵੀ ਨਾਲ ਮੋਹਰੀ ਰਹੇ ਹੈਗੇ ਆ, ਕੀ ਕਹਿਣਾ ਚਾਹੋਗੇ ਜਿਹੜਾ ਕਿ 307 ਦਾ ਪਰਚਾ ਦਰਜ ਹੋਇਆ ਸੀ, ਜਿਹੜੀ ਵੱਡੀ ਮੰਗ ਰੱਖੀ ਜਾ ਰਹੀ ਹੈ ਇਸ ਟਾਈਮ ਦੇ ਪ੍ਰੋਟੈਸਟ ਦੇ ਵਿੱਚ? ਭਾਰਤੀ ਹਕੂਮਤ ਆਪਣੀ ਜ਼ੋਰ ਦੇ ਆਧਾਰ ਨਾਲ ਸਿੱਖਾਂ ਨੂੰ ਗੁੰਮਰਾਹ ਕਰਕੇ ਜੇਲ੍ਹਾਂ ਦੇ ਵਿੱਚ ਜਿਹੜੀ ਨੌਜਵਾਨੀ ਅੱਜ ਸਿੱਟ ਰਹੀ ਆ, ਜਿਹਦੇ ਨਾਲ ਜਿਹੜੇ ਨੌਜਵਾਨਾਂ ਦੀ ਆਵਾਜ਼ ਹੋਰ ਉੱਠਦੀ ਆ, ਤਾਂ ਉਹਨੂੰ ਦਬਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਝੂਠੇ ਪਰਚੇ ਪਾ ਕੇ ਨੌਜਵਾਨਾਂ ਦੇ ਉੱਤੇ ਕੀਤੀਆਂ ਜਾ ਰਹੀਆਂ, ਤਾਂ ਜੋ ਪੰਜਾਬ ਦੀ ਭਲਾਈ ਵਾਸਤੇ ਜਿਹੜੇ ਨੌਜਵਾਨ ਤੁਰੇ ਹੋਏ ਆ ਉਹਨਾਂ ਨੂੰ ਦਬਾਇਆ ਜਾਵੇ, ਅਤੇ ਭਾਰਤੀ ਹਕੂਮਤ ਰਾਸ਼ਟਰਵਾਦ ਜਿਹੜਾ ਇਹਨਾਂ ਦਾ ਹਿੰਦੂ ਤਵੀ ਆ ਉਹਦੇ ਅਧੀਨ ਸਾਰੇ ਨੌਜਵਾਨਾਂ ਨੂੰ ਰੱਖ ਕੇ ਜੇਲ੍ਹਾਂ ਦੇ ਵਿੱਚ ਜਵਾਨੀਆਂ ਨਸ਼ਿਆਂ ਦੇ ਵਿੱਚ ਗਲਣਾ ਚਾਹੁੰਦੇ ਆ। ਤੁਸੀਂ ਵੀ ਉਸ ਦਿਨ ਨਾਲ ਸੀ ਪ੍ਰੋਟੈਸਟ ਦੇ ਜਿੱਦਣ 307 ਦਾ ਮੁਕੱਦਮਾ ਦਰਜ ਹੋਇਆ ਲੱਖੇ ਸਧਾਣੇ 'ਤੇ, ਕੀ ਕੋਈ ਉੱਥੇ ਲੋਕ ਫੱਟੜ ਹੋਏ ਸੀ 307 ਦੇ ਪਰਚੇ ਦੇ ਵਿੱਚ, ਕੀ ਲੱਗਦਾ ਤੁਹਾਨੂੰ? ਸਧਾਣਾ ਜਿਹੜੀ ਆਪਣਾ ਧੱਕੇਸ਼ਾਹੀ ਦੇ ਵਿੱਚ ਵੀ ਨਹੀਂ ਸੀਗਾ, ਉਹ ਆਪਣਾ ਇੱਕ ਲੈਕਚਰ ਦੇ ਕੇ ਪਾਸੇ ਖੜਾ ਸੀਗਾ, ਸਿਰਫ ਲੱਖੇ ਸਧਾਣੇ 'ਤੇ ਪਰਚਾ ਪਾਉਣ ਦਾ ਕਾਰਨ ਜਿਹੜੀ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ, ਲੱਖਾ ਸਧਾਣਾ ਪੰਜਾਬੀ ਅਤੇ ਪੰਜਾਬੀਅਤ ਨੂੰ ਅੱਗੇ ਲੈ ਕੇ ਆ ਰਿਹਾ, ਉਹ ਇਹੋ ਜਿਹੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਝੂਠੇ ਪਰਚੇ ਪਾ ਰਹੇ ਆ, ਝੂਠੇ ਪਰਚੇ ਪਾ ਕੇ ਜਿਹੜੇ 10 ਨੌਜਵਾਨ ਹੋਰ ਲੱਖੇ ਸਧਾਣੇ 'ਤੇ ਪਰਚਾ ਪੈਣ ਕਾਰਨ ਡਰ ਜਾਣਗੇ, ਬੈਠ ਜਾਣਗੇ, ਸੋ ਇਹਨਾਂ ਦੀ ਨੀਤੀ ਜਿਹੜੀ ਬਿਲਕੁਲ ਗਲਤ ਆ। ਪੰਜਾਬ ਦਾ ਨੌਜਵਾਨ ਜਿਹੜਾ
ਚੰਗੀ ਸੋਚ ਲੈ ਕੇ ਪੰਜਾਬ ਲਈ ਤੁਰਿਆ ਹੋਇਆ ਅਤੇ ਪੰਜਾਬ ਲਈ ਸੰਘਰਸ਼ ਜਿਹੜਾ ਅੱਜ ਕਰ ਰਿਹਾ। ਪੰਜਾਬ ਦੇ ਵਿੱਚ ਜਿਹੜੇ ਮੁੱਦੇ, ਪਾਣੀਆਂ ਦੇ ਮੁੱਦੇ ਆ, ਨਸ਼ਿਆਂ ਦੇ ਮੁੱਦੇ ਇਹਨਾਂ ਸਰਕਾਰਾਂ ਨੇ ਵਾੜੇ ਹੋਏ ਆ, ਸੋ ਉਹਨਾਂ ਨੂੰ ਨੌਜਵਾਨ ਅੱਜ ਬਾਖੂਬੀ ਨਾਲ ਬੁਲੰਦ ਕਰਕੇ ਲੋਕਾਂ 'ਚ ਦੱਸ ਰਹੇ ਆ, ਜਿਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਝੂਠੇ ਪਰਚੇ ਪਾ ਰਹੇ ਆ। ਧੰਨਵਾਦ ਸੁਖਰਾਜ ਜੀ। ਪ੍ਰੋਫੈਸਰ ਬਲਜਿੰਦਰ ਸਿੰਘ ਨਾਲ ਜੁੜ ਚੁੱਕੇ ਹੈਗੇ ਆ। ਪ੍ਰੋਫੈਸਰ ਸਾਹਿਬ, ਸੁਖਰਾਜ ਸਿੰਘ ਨੇ ਕਹਿ ਰਿਹਾ ਕਿ ਆਵਾਜ਼ ਚੱਕਦੇ ਆ, ਜਿਵੇਂ ਲੱਖਾਂ ਸਧਾਣਾ ਨੇ ਪੰਜਾਬੀ ਮਾਂ ਬੋਲੀ ਦੇ ਆਵਾਜ਼ ਚੱਕੀ ਸੀ, ਉਹਨਾਂ 'ਤੇ ਪਰਚਾ ਦਰਜ ਹੋਇਆ। ਜੱਗੀ ਚੌਲ ਜਿਹੜਾ ਕਿ UK ਨਿਵਾਸੀ ਹੈਗਾ ਵਾ, ਉਹਦੇ ਵਾਸਤੇ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ, ਕੀ ਲੱਗਦਾ ਤੁਹਾਨੂੰ, ਸਰਕਾਰਾਂ ਤੱਕ ਆਵਾਜ਼ ਪਹੁੰਚੂਗੀ? ਉੱਧਰੋਂ ਵੋਟਾਂ ਦੇ ਦਿਨ ਹੈਗੇ ਆ, ਤੁਹਾਡੀਆਂ ਮੰਗਾਂ ਵੀ। ਮੈਂ ਮਹਿਸੂਸ ਕਰਦਾ ਹਾਂ ਕਿ ਭਾਰਤੀ ਜਿਹੜੀ ਅਦਾਲਤਾਂ ਨੇ, ਚਾਹੇ ਉਹ ਲੋਕਲ ਲੈਵਲ 'ਤੇ ਨੇ, ਚਾਹੇ ਉਹ ਸਟੇਟ ਲੈਵਲ 'ਤੇ ਹਾਈ ਕੋਰਟ ਨੇ, ਚਾਹੇ ਉਹ ਸੁਪਰੀਮ ਕੋਰਟ ਲੈਵਲ 'ਤੇ ਨੇ, ਸਾਰੀਆਂ ਅਦਾਲਤਾਂ ਦਾ ਭਗਵਾਂਕਰਨ ਹੋ ਚੁੱਕਿਆ। ਅਤੇ ਇਹ ਇਹਨਾਂ ਦੀ ਸੋਚ ਦੇ ਵਿੱਚ ਸਿੱਖ ਵਿਰੋਧੀ ਸੋਚ ਚੱਲ ਰਹੀ ਹੈ, ਜਿਸ ਦੇ ਤਹਿਤ ਜਗਤਾਰ ਸਿੰਘ ਜੀ, ਜਿਹੜੇ ਜੱਗੀ ਚੌਹਲ ਅਤੇ ਉਹਨਾਂ ਦੇ 10 ਹੋਰ ਸਾਥੀਆਂ ਨੂੰ, ਜਿਹੜਾ ਇੱਕ ਸਾਜਿਸ਼ ਦੇ ਹੇਠ ਅਤੇ ਮਨ ਘਣਤ ਅਤੇ ਬੇਬੁਨਿਆਦ ਜਿਹੜੇ ਐਲੀਗੇਸ਼ਨ ਲਗਾਏ ਗਏ ਨੇ, ਉਹਨਾਂ ਦੇ ਆਧਾਰ 'ਤੇ ਉਹਨਾਂ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ ਹੈ। ਅੱਜ ਦਾ ਇਹ ਇਕੱਠ ਇਸ ਗੱਲ ਦਾ ਬਹੁਤ ਸਖਤ ਅਤੇ ਤਿੱਖਾ ਵਿਰੋਧ ਕਰ ਰਿਹਾ ਹੈ। ਅਸੀਂ ਨਾਲ ਦੇ ਨਾਲ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਲੱਖਾਂ ਸਿਧਾਣਾ ਦੇ ਖਿਲਾਫ ਜਿਹੜਾ 307 ਦਾ ਪਰਚਾ ਦਰਜ ਕੀਤਾ ਗਿਆ ਹੈ, ਉਹ ਬਿਲਕੁਲ ਵੀ ਕਾਨੂੰਨ ਦੇ ਕਿਸੇ ਵੀ ਐਂਗਲ ਤੋਂ ਉਹ ਨਹੀਂ ਬਣਦਾ, ਅਤੇ ਉਹ ਸਾਰਾ ਕੁਝ ਜਿਹੜਾ ਹੈ ਇੱਕ ਮਿੱਥੀ ਹੋਈ ਸਾਜਿਸ਼ ਦੇ ਹੇਠ ਲੱਖੇ ਸਿਧਾਣੇ ਨੂੰ ਫਸਾਉਣ ਵਾਸਤੇ ਕੀਤਾ ਗਿਆ। ਜਦਕਿ ਉਸ ਰੋਸ ਮਾਰਚ ਦੇ 8 ਮਈ ਦੇ ਰੋਸ ਮਾਰਚ ਦੇ ਵਿੱਚ ਜਿਹੜੇ ਪ੍ਰਬੰਧਕ ਸੀਗੇ, ਉਹਨਾਂ ਪ੍ਰਬੰਧਕਾਂ ਦੇ ਬਾਰੇ ਤਾਂ ਸਰਕਾਰ 'ਤੇ FIR ਸਾਇਲੈਂਟ ਹੈ, ਜਦਕਿ ਲੱਖੇ ਸਿਧਾਣੇ ਦੇ ਉੱਤੇ ਜਿਹੜਾ ਹੈ ਕੇਸ ਦਰਜ ਕੀਤਾ ਗਿਆ। ਮੈਂ ਮਹਿਸੂਸ ਕਰਦਾ ਹਾਂ ਕਿ ਕਿਸੇ ਦੇ ਖਿਲਾਫ ਹੀ ਕੋਈ ਵੀ ਕੇਸ ਦਰਜ ਨਹੀਂ ਹੋਣਾ ਚਾਹੀਦਾ ਸੀਗਾ, ਕਿਉਂਕਿ ਇਹ ਰੋਸ ਜਿਹੜਾ ਸੀਗਾ ਇਹ ਬਾਦਲਾਂ ਦੇ ਖਿਲਾਫ ਇੱਕ ਲੋਕਤੰਤਰਿਕ ਢੰਗ ਦੇ ਨਾਲ ਕੀਤਾ ਗਿਆ ਸੀਗਾ, ਅਤੇ ਉਸ ਆਵਾਜ਼ ਨੂੰ ਬੰਦ ਕਰਨ ਵਾਸਤੇ, ਦਬਾਉਣ ਵਾਸਤੇ ਇਹ ਸਾਰੇ ਪਰਚੇ ਜਿਹੜੇ ਨੇ ਉਹ ਦਰਜ ਕੀਤੇ ਗਏ। ਸਰ ਸਾਹਿਬ, ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲ ਰਹੀ ਆ, ਪੰਜਾਬ ਦੀਆਂ ਜੇਲ੍ਹਾਂ ਤੋਂ ਬਾਹਰ ਜਿਹੜੇ ਸਿੰਘ ਹੈਗੇ ਉਹਨਾਂ ਨੂੰ ਪੰਜਾਬ 'ਚ ਲਿਆਉਣ ਦੀ ਗੱਲ ਰਹੀ ਆ, ਦੂਜੇ ਪਾਸੇ ਜੱਗੀ ਚੌਲ ਦੇ ਨਾਲ ਦੇ ਸਾਥੀਆਂ ਨੂੰ ਪੰਜਾਬ ਦੇ ਵਿੱਚੋਂ ਤਿਹਾੜ ਜੇਲ੍ਹ 'ਚ ਤਬਦੀਲ ਕੀਤਾ ਜਾ ਰਿਹਾ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸਿੱਖ ਸ਼ਕਤੀ ਦਾ ਇੱਕ ਬਹੁਤ ਵੱਡਾ ਇਮਤਿਹਾਨ ਹੈ ਕਿ ਇੱਕ ਬੰਨੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਬੰਦੀ ਸਿੰਘ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਦੀ ਰਿਹਾਈਆਂ ਹੋਣ, ਅਤੇ ਜਿਹੜੇ ਸਿੰਘ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਵਿੱਚ ਨੇ ਉਹਨਾਂ ਨੂੰ ਵਾਪਸ ਇੱਥੇ ਬੁਲਾਇਆ ਜਾਵੇ, ਲਿਆਇਆ ਜਾਵੇ। ਲੇਕਿਨ ਸਰਕਾਰ ਨੇ ਇੱਕ ਨਵੀਂ ਭਾਜੀ ਜਿਹੜੀ ਹੈ ਸਿੱਖ ਕੌਮ ਦੇ ਉੱਤੇ ਚਾੜ ਦਿੱਤੀ ਹੈ, ਔਰ ਉਹ ਇਹ ਕਿ ਪੰਜਾਬ ਦੀ ਜੇਲ੍ਹਾਂ 'ਚੋਂ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਕ ਤਿਹਾੜ ਜੇਲ੍ਹ ਬੰਦੇ ਜਿਹੜੇ ਨੇ ਸ਼ਿਫਟ ਕਰਤੇ ਗਏ ਨੇ। ਅਸੀਂ ਇਸ ਗੱਲ ਦਾ ਪੂਰਨ ਵਿਰੋਧ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜੋ ਲੀਗਲ ਪ੍ਰਕਿਰਿਆ ਹੈ ਉਹ ਵੀ ਅਡੋਪਟ ਕਰਾਂਗੇ, ਅਤੇ ਨਾਲ ਦੇ ਨਾਲ ਇਹ ਕੌਮੀ ਤੌਰ 'ਤੇ ਇਹਦਾ ਰੋਸ ਪ੍ਰਦਰਸ਼ਨ ਵੀ ਕਰਾਂਗੇ। ਧੰਨਵਾਦ ਪ੍ਰੋਫੈਸਰ ਬਲਜਿੰਦਰ ਸਿੰਘ ਜੀ। ਇਸ ਟਾਈਮ ਦੇ ਉੱਤੇ ਜਿਹੜਾ ਕਿ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਵਾ, ਬਠਿੰਡੇ ਦੀ ਧਰਤੀ ਤੋਂ ਜੁੜੇ ਹੈਗੇ ਆ ਨਾਲ, ਬਠਿੰਡੇ ਦੀ ਧਰਤੀ ਦੇ ਜਿੱਥੇ ਕਿ ਇਸ ਟਾਈਮ ਦੇ ਉੱਤੇ ਪੂਰਾ ਮਾਹੌਲ ਗਰਮਾਇਆ ਹੈਗਾ ਵਾ ਵੋਟਾਂ ਵਾਸਤੇ, ਅਤੇ ਕਿਤੇ ਨਾ ਕਿਤੇ ਰੋਸ ਮੁਜ਼ਾਹਰੇ ਵੀ ਬਹੁਤ ਜ਼ਿਆਦਾ ਇਸ ਧਰਤੀ 'ਤੇ ਦੇਖੇ ਜਾ ਰਹੇ, ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾ ਰਿਹਾ ਵਾ ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਾਸਤੇ ਕਿ 307 ਦਾ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਵਾ ਕੈਂਸਲ ਹੋਣਾ ਚਾਹੀਦਾ ਵਾ, ਜੱਗੀ ਚੌਲ ਨੂੰ ਜਿਹੜੀ ਕਿ ਪੰਜਾਬ ਤੋਂ ਬਾਹਰ ਦੇ ਵਿੱਚ ਦੂਜੀ ਜੇਲ੍ਹ ਸ਼ਿਫਟ ਕੀਤਾ ਜਾ ਰਿਹਾ ਉਹਨੂੰ ਸ਼ਿਫਟ ਨਹੀਂ ਕਰਨਾ ਚਾਹੀਦਾ। ਇੱਕ ਪਾਸੇ ਸਾਡੀਆਂ ਇਹ ਮੰਗਾਂ ਹਨ ਕਿ ਬਾਹਰਲੇ ਜਿਹੜੇ ਸੂਬਿਆਂ ਦੇ ਵਿੱਚ ਪੰਜਾਬੀ ਹੈਗੇ ਆ ਨੌਜਵਾਨ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ, ਪਰ ਇੱਥੋਂ ਹੀ ਹੁਣ ਜਿਹੜਾ ਕਿ ਜੱਗੀ ਚੌਲ ਦੇ ਨਾਲ ਦੇ ਸਾਥੀਆਂ ਨੂੰ ਇਸ ਜੇਲ੍ਹ ਤੋਂ ਬਾਹਰ ਤਬਦੀਲ ਕਰਤਾ ਜਾ ਰਿਹਾ, ਉਸ ਦੇ ਰੋਸ ਦੇ ਵਿੱਚ ਇਹ ਵੇਖਦੇ ਹਾਂ ਠਾਠਾ ਮਾਰਦਾ ਨੌਜਵਾਨਾਂ ਦਾ ਇਕੱਠ। ਬਲਦੇਵ ਸਿੰਘ ਸਿਰਸਾ ਸਾਡੇ ਨਾਲ ਜੁੜ ਚੁੱਕੇ ਹੈਗੇ ਆ। ਇਸ ਟਾਈਮ ਪ੍ਰੋਟੈਸਟ ਦਾ ਹਿੱਸਾ ਬਣੀਆਂ ਵੱਖੋ ਵੱਖਰੇ ਜਥੇਬੰਦੀਆਂ, ਦਲ ਖਾਲਸਾ ਵੱਲੋਂ ਜਿਹੜਾ ਪ੍ਰੋਗਰਾਮ ਲੀਕ ਹੈਗਾ ਯੂਥ ਜਥੇਬੰਦੀ ਦੇ ਨਾਲ, ਵੱਖੋ ਵੱਖਰੀਆਂ ਜਥੇਬੰਦੀ ਦੇ ਨੁਮਾਇੰਦੇ ਇੱਥੇ ਪਹੁੰਚੇ ਹੈਗੇ ਆ, ਕੀ ਲੱਗਦਾ ਤੁਹਾਨੂੰ, ਉੱਧਰੋਂ ਤਾਂ ਵੋਟਾਂ ਦਾ ਦਿਨ ਚੱਲ ਰਹੇ ਹੈਗੇ ਆ, ਦੂਜੇ ਪਾਸਿਓਂ ਕਿਤੇ ਨਾ ਕਿਤੇ ਪੰਜਾਬੋਂ ਬਾਹਰ ਅੰਦਰ ਲਿਆਉਣ ਦੀ ਜਗ੍ਹਾ ਜਿਹੜਾ ਕਿ ਸਾਡੇ ਨੌਜਵਾਨਾਂ ਦੀ ਮੰਗ ਉੱਠੀ ਸੀ, ਇਸ ਟਾਈਮ ਦੇ ਉੱਤੇ ਜੱਗੀ ਚੌਲ ਅਤੇ ਹੋਰ ਨੌਜਵਾਨ ਜਿਹੜੇ ਹੈਗੇ ਆ ਦਿੱਲੀ ਤਿਹਾੜ ਜੇਲ੍ਹ ਵੱਲ ਮੂਵ ਕੀਤੇ ਜਾ ਰਹੇ। ਇਹ ਸਿੱਖਾਂ ਦੇ ਉੱਤੇ ਇਹ ਸਿੱਖਾਂ ਨੂੰ ਇੱਕ ਚੈਲੰਜ ਹੈ ਕਿ ਤੁਸੀਂ ਤਾਂ ਮੋਰਚੇ ਲਾਉਂਦੇ ਹੋ ਜਿਹੜੇ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਅੱਜ ਤੋਂ 20-25 ਸਾਲ ਤੋਂ ਵੱਧ ਸਮੇਂ ਤੋਂ ਉਹ ਪੰਜਾਬ ਦੀਆਂ ਜੇਲ੍ਹਾਂ ਤੋਂ ਬਾਹਰ ਨੇ,
ਤੇ ਤੁਸੀਂ ਬਰਗਾੜੀ ਮੋਰਚਾ ਲਾ ਕੇ ਜਾਂ ਹੋਰ ਮੋਰਚੇ ਲਾ ਕੇ ਤੇ ਉਹਨਾਂ ਨੂੰ ਪੰਜਾਬ ਦੇ ਅੰਦਰ ਲਿਆਉਣ ਦੀ ਮੰਗ ਕਰਦੇ ਹੋ, ਪਰ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਇਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਜਿੰਨੀਆਂ ਵੀ ਇਹ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੀ ਇੱਕ ਮਿਲੀ ਭੁਗਤ ਇੱਕ ਸਾਜਿਸ਼ ਦੇ ਮਤਲਬ ਕਿ ਹਿੱਸਾ ਹੈ ਸਾਰੇ। ਅਤੇ ਇਹ ਅੱਜ ਸਾਨੂੰ ਇੱਕ ਚੈਲੇਂਜ ਆ ਉਹਨਾਂ ਵੱਲੋਂ ਕਿ ਤੁਸੀਂ ਤਾਂ ਬਾਹਰਲਿਆਂ ਨੂੰ ਮੰਗਾਉਣ ਦੀ ਇੱਥੇ ਗੱਲ ਕਰਦੇ ਹੋ, ਪਰ ਅਸੀਂ ਤਾਂ ਜਿਹੜੇ ਤੁਹਾਡੇ ਹੋਰ ਵੀ ਜੇਲ੍ਹਾਂ 'ਚ ਆਉਣਗੇ ਉਹਨਾਂ ਨੂੰ ਬਿਨਾਂ ਸਬੂਤਾਂ ਤੋਂ ਸਜ਼ਾਵਾਂ ਦਿਵਾਵਾਂਗੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਤੋਂ ਅਸੀਂ ਬਾਹਰ ਕੱਢਾਂਗੇ। ਅਤੇ ਤੁਸੀਂ ਕੀ ਕਰਕੇ ਵਿਖਾਉਂਦੇ ਹੋ, ਇਹ ਸਾਨੂੰ ਇੱਕ ਚੈਲੇਂਜ ਹੈ। ਇਹ ਚੈਲੇਂਜ ਨੂੰ ਐਕਸੈਪਟ ਕਰਕੇ ਹੁਣ ਤੁਸੀਂ ਵੀ ਆਪਣਾ ਰੋਹ ਪ੍ਰਦਰਸ਼ਨ ਕਰ ਰਹੇ ਹੈਗੇ ਆ, ਸਰਕਾਰ ਦੇ ਵਿਰੋਧ 'ਚ ਆਵਾਜ਼ ਬੁਲੰਦ ਕਰ ਰਿਹਾ ਦਲ ਖਾਲਸਾ ਤੋਂ ਤੁਸੀਂ ਹੋਰ ਵੀਰ ਇੱਥੇ ਪਹੁੰਚੇ ਹੈਗੇ ਆ। ਜੇ ਨੌਜਵਾਨਾਂ ਦੀ ਗੱਲ ਕਰਦੇ ਹਾਂ ਤਾਂ ਲੱਖੇ ਸਿਧਾਣੇ ਦੇ ਨਾਲ ਇਸ ਟਾਈਮ ਦੇ ਉੱਤੇ ਜਿਹੜਾ ਕਿ ਰੋਹ ਚੱਲਿਆ ਹੈਗਾ ਨੌਜਵਾਨੀ ਦਾ, 307 ਦੇ ਪਰਚੇ ਦੇ ਵਿਰੋਧ ਦੇ ਵਿੱਚ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਨੌਜਵਾਨ ਪੀੜ੍ਹੀ ਨਾਲ ਤੁਹਾਡੇ ਚੱਲੀ ਆ। 307 ਦਾ ਪਰਚਾ ਹੋਇਆ ਨਾਲ ਹੋਰ ਵੀ ਮਤਲਬ ਕਿ ਅਣਪਛਾਤੇ ਨਾਮ ਲਿਖੇ ਅਣਪਛਾਤੇ ਦੇ ਦਰਜ ਕੀਤਾ ਗਿਆ ਪਰਚਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਜੋ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਤੁਸੀਂ ਜਿਹੜਾ ਤੁਹਾਨੂੰ ਚੈਲੇਂਜ ਕੀਤਾ ਗਿਆ ਇਹਦੇ ਬਾਰੇ ਕੀ ਕਹਿੰਦੇ ਹੋ, ਅਸੀਂ ਇਹ ਹਿੰਦ ਸਰਕਾਰ ਦਾ ਚੈਲੇਂਜ ਕਬੂਲ ਕਰਦੇ ਹਾਂ। ਔਰ ਅੱਜ ਦਾ ਜਿਹੜਾ ਇਹ ਰੋਸ ਮਾਰਚ ਹੈ, ਇਹ ਰੋਹ ਭਰਿਆ ਰੋਸ ਮਾਰਚ ਇਹ ਉਸ ਚੈਲੇਂਜ ਨੂੰ ਹੀ ਕਬੂਲ ਕਰਨ ਦਾ ਹਿੱਸਾ ਹੈ ਕਿ ਤੁਸੀਂ ਜਿੰਨੇ ਮਰਜ਼ੀ ਸਾਡੇ 'ਤੇ ਤਸ਼ੱਦਦ ਕਰ ਲਓ, ਜੋ ਮਰਜ਼ੀ ਕਰ ਲਓ, ਸਾਡੇ ਨੌਜਵਾਨਾਂ ਨੂੰ ਪਹਿਲਾਂ ਨੂੰ ਨਾ ਭੇਜੋ, ਹੋਰ ਤੁਸੀਂ ਕਰੀ ਜਾਓ, ਨਜਾਇਜ਼ ਫੜ ਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਕੇ ਅਦਾਲਤਾਂ ਰਾਹੀਂ ਸਜ਼ਾਵਾਂ ਦਵਾ ਕੇ ਉਹਨਾਂ ਬਾਹਰ ਕਰ ਦਿਓ। ਪਰ ਸਿੱਖ ਕੌਮ ਕਦੇ ਵੀ ਤੁਹਾਡੇ ਅੱਗੇ ਝੁਕੇਗੀ ਨਹੀਂ, ਡਰੇਗੀ ਨਹੀਂ, ਅਸੀਂ ਆਪਣਾ ਸੰਘਰਸ਼ ਜਿਹੜਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਔਰ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਲੱਖਾ ਸਿੰਘ 'ਤੇ ਜਿਹੜਾ ਪਰਚਾ ਕੀਤਾ ਗਿਆ, ਉਹ ਮੈਂ ਇਹਦੇ ਬਾਰੇ ਜ਼ਿਆਦਾ ਨਹੀਂ, ਸਿਰਫ ਇੰਨਾ ਹੀ ਕਹਾਂਗਾ ਕਿ ਉਸ ਦਿਨ ਕੀ ਇਕੱਲਾ ਲੱਖਾ ਸਿੰਘ ਨਹੀਂ ਸੀ। ਮੈਂ ਪਹਿਲਾਂ ਤਾਂ ਪੰਜਾਬ ਸਰਕਾਰ ਤੋਂ ਇਸ ਚੀਜ਼ ਦੀ ਮੰਗ ਕਰਦਾ ਕਿ ਲੱਖੇ ਸਿਧਾਣੇ 'ਤੇ ਜਿਸ ਤਰ੍ਹਾਂ ਪਰਚਾ ਕੀਤਾ ਉਹਨੂੰ ਰੱਦ ਕੀਤਾ ਜਾਵੇ। ਜੇ ਰੱਦ ਨਹੀਂ ਕਰਨਾ ਤਾਂ ਫਿਰ ਇੱਕ ਗੱਲ ਹੋਰ ਉਹਨਾਂ ਦੀ ਕਰਨੀ ਬਣਦੀ ਹੈ ਕਿ ਉਹ ਜਿੰਨੇ ਬੰਦੇ ਸਨ, ਮੈਂ ਹੋਰ ਕਿਸੇ ਬੰਦੇ ਦਾ ਨਾਂ ਨਹੀਂ ਲਵਾਂਗਾ, ਮੈਂ ਆਪਣੀ ਗੱਲ ਕਰਾਂਗਾ ਕਿ ਮੈਂ ਵੀ ਉਸ ਦਿਨ ਮਾਰਚ ਦੇ ਵਿੱਚ ਸੀ ਔਰ ਗੱਡੀ ਦੇ ਅੱਗੇ ਸੀ, ਔਰ ਜਦੋਂ ਅਸੀਂ ਉੱਥੋਂ ਬੈਰੀਕੇਡ ਤੋੜੇ ਨੇ, ਉੱਥੋਂ ਗੱਡੀਆਂ ਲੰਘ ਕੇ ਗਏ ਹਾਂ, ਮੈਂ ਉਹਨਾਂ ਦੇ ਵਿੱਚ ਸਾਂ। ਤਾਂ ਫਿਰ ਮੇਰੇ 'ਤੇ ਵੀ ਕਰਨ, ਬਾਕੀਆਂ ਦੇ ਸਾਰਿਆਂ 'ਤੇ ਕਰਨ, ਇੱਕ 'ਤੇ ਕਿਉਂ? ਕੀ ਕਾਰਨ ਲੱਗਦਾ ਤੁਹਾਨੂੰ ਲੱਖੇ ਸਿਧਾਣੇ ਨੂੰ ਕਿਉਂ ਟਾਰਗੇਟ ਕੀਤਾ ਗਿਆ ਉਹਦੇ 'ਤੇ ਪਰਚਾ ਕੱਲਾ? ਦੇਖੋ, ਇਹਦੇ ਵਿੱਚ ਇੱਕ ਬੜੀ ਵੱਡੀ ਸਾਜਿਸ਼ ਹੈ। ਮੈਂ ਇਹ ਗੱਲ ਕਹਾਂਗਾ ਕਿ ਜਿਹੜੇ ਅਸਲ ਗੱਲ ਇਹ ਹੈ ਕਿ ਸਿੱਖ ਕੌਮ ਆਪਣੇ ਦੁਸ਼ਮਣਾਂ ਨੂੰ ਅਜੇ ਤੱਕ ਪਹਿਚਾਣ, ਸਾਡੇ ਜਿਹੜੇ ਬੁੱਕਲ ਦੇ ਸੱਪ ਨੇ ਸਭ ਤੋਂ ਵੱਧ ਕੌਮ ਦੇ ਉਹ ਦੋਸ਼ੀ ਨੇ। ਇਹ ਇੱਕ ਸਾਜਿਸ਼ ਦੇ ਤਹਿਤ ਲੱਖੇ 'ਤੇ ਪਰਚਾ ਹੋਇਆ। ਜੇ ਸਾਡੇ 'ਤੇ ਕਰਦੇ, ਜੇ ਲੱਖੇ ਨਾਲ ਕਰਦੇ, ਇਕੱਲੇ ਲੱਖੇ ਦਾ ਕਰਕੇ ਉਹਨਾਂ ਨੇ ਇਕੱਲੇ ਲੱਖੇ ਦਾ ਕਰ ਦਿਓ, ਕਿਸੇ ਬੋਲਣਾ ਨਹੀਂ। ਅਤੇ ਜੇ ਸਾਡਾ ਵੀ ਨਾਲ ਕਰਦੇ ਸੀ ਤਾਂ ਉਹਨਾਂ ਨੂੰ ਜਿਹੜੇ ਸਾਡੇ ਨਾਲ ਗਏ ਸੀ ਉਹਨਾਂ ਦੇ ਸਾਰਿਆਂ 'ਤੇ ਪਰਚੇ ਕਰਨੇ ਪੈਂਦੇ ਸੀ। ਇਸ ਕਰਕੇ ਇੱਕ ਬੜੀ ਵੱਡੀ ਸਾਜਿਸ਼ ਹੈ, ਇਹਦੇ ਨਾ ਹੀ ਫੋਲੋ ਤਾਂ ਚੰਗੀ ਗੱਲ ਹੈ। ਬਿਲਕੁਲ ਜੀ, ਕਿਤੇ ਨਾ ਕਿਤੇ ਬੁੱਕਲ ਦੇ ਸੱਪਾਂ ਦੀ ਗੱਲ ਹੋ ਰਹੀ ਹੈਗੀ ਆ, ਕਿਤੇ ਨਾ ਕਿਤੇ ਆਪਣਿਆਂ 'ਤੇ ਹੀ ਤੰਜ ਕੱਸੇ ਜਾ ਰਹੇ ਆ ਕਿ ਜਿਹੜਾ ਲੱਖੇ ਸਿਧਾਣੇ 'ਤੇ ਪਰਚਾ ਹੋਇਆ ਦਰਜ, ਉਹਦੇ ਵਿੱਚ ਭਾਈ ਬਲਦੇਵ ਸਿੰਘ ਸਿਰਸਾ ਦੱਸ ਰਹੇ ਹੈਗੇ ਆ ਇਹ ਵੀ ਉੱਥੇ ਸੀ, ਹੋਰ ਅਨੇਕਾਂ ਨੌਜਵਾਨ ਹੋਰ ਅਨੇਕਾਂ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਸੀ, ਬਾਕੀਆਂ 'ਤੇ ਕਿਉਂ ਨਹੀਂ ਪਰਚਾ ਦਰਜ ਹੋਇਆ, ਕਿ ਸਵਾਲੀਆ ਚਿੰਨ੍ਹ ਹੈਗਾ? ਦੇਖੋ, ਇਹ ਸਾਰੀ ਗੱਲ ਸਪਸ਼ਟ ਹੋ ਚੁੱਕੀ ਹੈ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਲੜਾਈ ਸਾਡੀ ਬਾਦਲ ਦੇ ਨਾਲ, ਲੜਾਈ ਸਾਡੀ ਦਿੱਲੀ ਸਰਕਾਰ ਦੇ ਨਾਲ, ਲੜਾਈ ਸਾਡੀ ਜਿਹੜੀਆਂ ਸਿੱਖ ਦੁਸ਼ਮਣ ਜਮਾਤਾਂ ਨੇ ਉਹਨਾਂ ਦੇ ਨਾਲ, ਅਤੇ ਪਰ ਅਸੀਂ ਉੱਥੇ ਇੱਕ ਜਿਹੜਾ ਮਾਰਚ ਕੀਤਾ ਬਗਰਾੜੀ ਤੋਂ ਬਾਦਲ ਦੇ ਗੇਟ ਘਰ ਤੱਕ ਗਿਆ, ਅਸੀਂ ਉਹਦੇ ਘਰ 'ਤੇ ਪਹੁੰਚ ਗਏ। ਉੱਥੇ ਜਾ ਕੇ ਜੋ ਅਸੀਂ ਮੈਸੇਜ ਦੇਣਾ ਸੀ, ਜਿਹੜੀ ਲੋਕਾਂ 'ਚ ਗੱਲ ਜਾਣੀ ਸੀ, ਔਰ ਬਾਦਲ ਨੂੰ ਇੱਕ ਚੈਲੰਜ ਸੀ ਕਿ ਬਾਦਲ ਆਹ ਤੇਰੇ ਘਰ ਦੇ ਅੱਗੇ ਖਲੋਤੇ ਆ ਕੇ ਤੈਨੂੰ, ਤੂੰ ਜਿਹੜੇ ਜ਼ੁਲਮ ਕੀਤੇ, ਅੱਤਿਆਚਾਰ ਕੀਤੇ ਨੇ, ਇਹਦਾ ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ। ਪਰ ਅਫਸੋਸ ਕਿ ਉਸ ਦਿਨ ਮੈਸੇਜ ਕੋਈ ਉਲਟ ਗਿਆ, ਜਿਹੜਾ ਕਿ ਅਸੀਂ ਮੈਕ 'ਤੇ ਬੋਲਣ ਤੋਂ ਹੀ ਇੱਕ ਦੂਸਰੇ ਦੇ ਨਾਲ ਝਗੜ। ਕਿਤੇ ਨਾ ਕਿਤੇ ਸਾਡੇ ਵਿੱਚੋਂ ਹੀ, ਲੋਕਾਂ ਦੇ ਵਿੱਚੋਂ ਹੀ ਗਲਤੀਆਂ ਹੋ ਚੁੱਕ ਗਈਆਂ ਸੀ ਜਿਹੜੀਆਂ ਕਿ ਜਿਹੜਾ ਉਲਟ ਮੈਸੇਜ ਗਿਆ ਹੈਗਾ। ਹੁਣ ਲੱਖੇ ਸਿਧਾਣੇ 'ਤੇ ਪਰਚਾ ਜੇ ਮੰਨ ਲਓ ਕੈਂਸਲ ਨਹੀਂ ਹੁੰਦਾ, ਫਿਰ ਦਲ ਖਾਲਸਾ ਦੂਜੀਆਂ ਜਥੇਬੰਦੀਆਂ ਕਿਹੋ ਜਿਹਾ ਪ੍ਰੋਟੈਸਟ ਕਰਨਗੀਆਂ? ਦੇਖੋ, ਇਹ ਸਮੇਂ 'ਤੇ ਨਿਰਭਰ ਕਰਦਾ, ਆਉਣ ਵਾਲੇ ਸਮੇਂ 'ਚ ਉਹ ਕਿਸ ਤਰ੍ਹਾਂ ਦਾ ਮਤਲਬ ਕਿ ਪ੍ਰੋਗਰਾਮ ਕੀ ਉਲੀਕਣਾ, ਇਹ ਤਾਂ ਸਾਰਿਆਂ ਦੀ ਸਲਾਹ ਨਾਲ ਹੈ ਨਾ, ਅਤੇ ਸਰਸਾ ਇਕੱਲਾ ਤਾਂ ਇਹ ਗੱਲ ਨਹੀਂ ਕਰ ਸਕਦਾ ਵੀ। ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਉਹ ਸਾਰਿਆਂ ਦੀ ਸਲਾਹ ਨਾਲ ਜੋ ਵੀ ਅਗਲਾ ਪ੍ਰੋਗਰਾਮ ਹੋਏਗਾ ਉਹ ਲਿਖਿਆ ਜਾਏਗਾ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਸਿੱਖ ਕੌਮ
चुप करके नहीं बैठेगी। इस तो बगैर भी तुहानू पता है कि जो मेरे वालों इशू जिहड़े उठाए गए ने, जिस तरह प्लस टू की किताब है, नानकशाही कैलेंडर है जिहड़ा कि 2010 दे विच इहनां भोग पाता सी, मेरे वालों अज तक वो गुरद्वारा जुडिशियल कोर्ट च केस चल रहा है, मैं उन्हूं भी हुण हाईलाइट करांगा। इस तरह डेराबाद के विरुद्ध बहुत बोलते हैगे, तुसीं आवाज़ चुकी हैगी आ, जिहड़ी धरती तुसीं अज खड़े आ आपां जिथे प्रोटेस्ट किया जा रहा, इस धरती ते बहुत वड्डी डेराबाद की वोट हैगी आ, तुहानूं की लगदा वोटां दे देणा कोई असर पाऊगा डेराबाद की वोट, जिन्ने कि पिछले थोड़े चिर पहलों एक अग फैलाई हुई आ पूरे पंजाब दे विच। देखो मैं एक बेनती करां तुहानूं कि यह कोई शक नहीं रहा कि जिहड़े डेरेदार ने इन्हां नूं कौण पालदा, किस तरह इन्हों तो जड़ा इन्हों जड़ियाँ हर तरह की पुस्त बनाई इन्हों की जाती है, राजनीतिक लोग उन्होंने डेरिया से जाते हैं, इस चीज़ का फर्क तो जरा पैना तो उन्होंने यो ही आई तो सिख कौम के अत्याचार तो जुल्म कर रहे हैं ना सारिया पार्टियां कि अज तक किसी ने। पर इतने एक गल मैं होर भी कहने तो गुरेज नहीं करा, जिथे डेराबाद तो सिख कौम विरोधी शक्तियां कौम का घाण कर रही ने, साड़ी जो कौम की लीडरशिप है वह बराबर की कसूरवार है। जे कि बरगाड़ी मोर्चा अज चलता रहा अज तक चलना हों, पहली गल तो सी भी सारे दोषी अंदर जाने से, इन्ना लंबा नहीं चलना जिस तरह लोगों का रोह पैदा हो गया सी, जिस तरह बरगाड़ी दे विच सिख कौम जी पंजाब ही नहीं भारत ही नहीं समुचे संसार दे विचों सिख कौम का एक जड़ा सी वो वहा एक वेग सी ते और उत्थे आ रहे सी, ते आज बादल नू कैंडीडेट खड़े करने का दूर की गल, जिस तरह सुखा अमली सुखबीर बादल जिहड़ा वह बोल रहा है वो बड़ा जुर्त ना कह रहा कि मैं इलैक्शन जितनी आ, ते इलैक्शन जितन की गल वोटा च खलोण की गल तो दूर, जे बरगाड़ी मोर्चा चलता रहिंदा ते बादल की यह हिम्मत नहीं सी कि वो अपने पिंड बादल दे विचों अपनी कोठी चो बाहर आके जां चंडीगढ़ तो बाहर आके ते अपने कैंडीडेट लॉन्च करदा ते फिर अज अपने कैंडीडेटां वास्ते वोटां मंगदा। इत्थे मैं ये गल कहण तो गिरेज नहीं करांगा, बेशक इहदा खमियाजा मैनूं भुगतना भी पवे क्योंकि असी इस सच कहण नूं पहली गल ते आपी सच कहना बड़ा औखा है, कोई कहिंदा नहीं ते जे कह दईए ते फिर सुनना बड़ा औखा है, हो सकदा कि मेरे उहनां सज्जणां नूं इस गल दा जिहड़ा वो तौंखला भी होवे नाराज़ भी होण मेरे ते, मैनूं नहीं पता कि आने वाले समय च जिस तरह मैं राधा स्वामियों के मसले चुके ने, कूकियां के मसले चुके ने, होर डेरेदारां दे मसले चुके ने, जिस तरह श्रोमणी कमेटी ने श्री दरबार साहब का नाम बदल दिता, वो दरबार साहब नूं हरिमंदर जिहड़ा वो कहना शुरू कर दिता लिखती तौर पर, सो सारे मुद्दे जिहड़े मैं ये ठा रहा मैनूं उहदी कोई भी कीमत चुकाउणी पाए उहदा मैनूं कोई गुस्सा नहीं, मतलब कि मन दे विच मेरे कोई भय नहीं। धन्नवाद जी, जो भी आ मैं करांगा। धन्यवाद है सर। बलदेव सिंह सिरसा जिहड़े कि विस्थारपूर्वक सारी गल दस चुके हैगे आ कि किवें डेरे दे विरुद्ध आवाज़ उठाई सी, अज जिहड़ा प्रोटेस्ट दल खालसा ते होर जथेबंदियां वल्लों कीता जा रहा हैगा वा, यूथ एसटम नाल जुड़िया हैगा वा, लखे सधाणे जिहड़ा परचा दर्ज किया गया 307 का उहनूं कैंसल होना चाहिए हैगा वा, जग्गी जौल जिहड़ा कि जेल दे विच हैगा उहदी जेल तब्दील की गई आ, उस नूं जेल तब्दील नहीं चाहिए रहा होना चाहिए। ਭਾਈ ਨਰੈਣ ਸਿੰਘ ਚੌੜਾ ਸਾਡੇ ਨਾਲ ਜੁੜ ਚੁੱਕੇ ਹੈਗੇ ਆ, ਪ੍ਰੋਟੈਸਟ ਦਾ ਹਿੱਸਾ ਬਣੇ ਆ, ਜਿੱਥੇ ਵੀ ਇਸ ਟਾਈਮ 'ਤੇ ਪ੍ਰੋਟੈਸਟ ਜਾਂ ਕਾਲੀਆਂ ਝੰਡੀਆਂ ਦਿਖਾਈ ਦੇ ਰਹੀਆਂ, ਜਿੱਥੇ ਵਿਰੋਧ ਤਾਂ ਹੋ ਬਾਦਲ ਪਰਿਵਾਰ ਦੀ, ਅਤੇ ਇਸ ਟਾਈਮ 'ਤੇ ਅੱਜ ਦੀ ਗੱਲ ਕਰਦੇ ਤਾਂ ਸਵੇਰ ਦੇ ਟਾਈਮ ਅੰਮ੍ਰਿਤਾ ਵੜਿੰਗ ਜਿਹੜੇ ਕਿ ਇਸ ਹਲਕੇ ਤੋਂ ਵੜਿੰਗ ਪਰਿਵਾਰ ਦਾ ਹਿੱਸਾ ਹੈਗੇ ਆ, ਰਾਜਾ ਵੜਿੰਗ ਦੀ ਵਾਈਫ, ਉਹਦਾ ਇੱਕ ਵਿਰੋਧ ਹੋਇਆ ਸੀ, ਇਸ ਟਾਈਮ ਜਿਹੜੀਆਂ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਹੈਗੀਆਂ ਵਾ, ਇਹ ਦਲ ਖਾਲਸਾ ਦੇ ਹੋਰ ਜਥੇਬੰਦੀਆਂ ਵੱਲੋਂ ਝੂਠੇ ਪਰਚੇ ਰੱਦ ਕਰਾਉਣ ਵਾਸਤੇ ਹੈਗੇ ਆ। ਨਰਾਇਣ ਸਿੰਘ ਚੌੜਾ ਜਿਹੜੇ ਕਿ ਇਸ ਟਾਈਮ ਪ੍ਰੋਟੈਸਟ ਦਾ ਹਿੱਸਾ ਬਣੇ ਆ, ਪਹਿਲਾਂ ਫਤਿਹ ਸਾਂਝ ਪੰਨਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਤੁਹਾਨੂੰ 307 ਦਾ ਪਰਚਾ ਹੋ ਗਿਆ ਵਾ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲਦੀ ਸੀ, ਬਾਹਰੋਂ ਵਾਪਸੀ ਜੇਲ੍ਹਾਂ ਦੀ ਗੱਲ ਚੱਲਦੀ ਸੀ ਪੰਜਾਬ ਜੇਲ੍ਹਾਂ ਦਾ ਜਾਵੇ, ਪਰ ਹੁਣ ਤਾਂ ਇਸ ਤੋਂ ਉਲਟ ਹੋ ਰਿਹਾ, ਆਵਾਜ਼ ਅਸੀਂ ਵਾਪਸ ਲਿਆਉਣ ਦੀ ਗੱਲ ਕਰਦੇ ਸੀ, ਇੱਥੋਂ ਪੰਜਾਬ ਤੋਂ ਬਾਹਰ ਜਾ ਰਹੇ ਸਿੰਘ। ਦੇਖੋ ਅਸੀਂ ਪਹਿਲਾਂ ਵੀ ਕਈ ਵਾਰ ਸਪਸ਼ਟ ਕਰ ਚੁੱਕੇ ਹਾਂ ਕਿ ਕੋਈ ਵੀ ਸਰਕਾਰ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਹੋਵੇ, ਪੰਜਾਬ ਦੇ ਉੱਤੇ ਜਿਹੜੀ ਸੱਤਾ ਵਿੱਚ ਆਏਗੀ ਉਹਨੇ ਸਟੇਟ ਪਾਲਸੀ ਦੇ ਮੁਤਾਬਕ ਚੱਲਣਾ, ਜਦੋਂ ਸਟੇਟ ਪਾਲਸੀ ਹੀ ਐਂਟੀ ਪੰਜਾਬ ਅਤੇ ਐਂਟੀ ਸਿੱਖ ਆ ਅਤੇ ਸਿੱਖਾਂ ਨੂੰ ਅਤੇ ਪੰਜਾਬ ਨੂੰ ਪੰਜਾਬ ਵਾਸੀਆਂ ਨੂੰ ਉਸ ਤੋਂ ਕੋਈ ਨਿਆਂ ਦੀ ਆਸ ਨਹੀਂ ਰੱਖਣੀ ਚਾਹੀਦੀ।
असी मंग कर रहे सां कि साढ़े जेलों में बंद बंदी सिंघां नूं रिहा करो, पंजाब तो बाहरलियां जेलों में बंद सिंघां नूं पंजाब दियां जेलों में तब्दील करो, पर उन्हां विच्चों किसी एक नूं ना रिहा किया गया, ना किसी नूं पंजाब दियां जेलों में तब्दील किया गया। उल्टा जेड़े साढ़े सिंघ नाभा जेल दे विच बंद सन, जिहदे विच जगतार सिंह जग्गी, रमनदीप सिंह बग्गा ते हरदीप सिंह शेरा ते उन्हां दे साथी, उन्हां नूं भी तिहाड़ जेल दिल्ली दे विच सुट दिता गया। इस गैर कानूनी स्टैप आ, क्योंकि ना तो उन्हां दे उत्ते ड्यूटी का कोई केस आ, उन्हां ते केस जिहड़े पाए गए आ, झूठ ते सच दा नतारा तां अगे अजे होणा वा जदों ट्रायल चलेगा, पर एक गैर कानूनी कदम चुक के उन्हां नूं दिल्ली दी तिहाड़ जेल विच बंद किया गया। क्यों बंद किया गया? क्योंकि ना वो अपने परिवारों नूं मिल सकन, ना सिख कौम उन्हां दे केसां दी सही तौर दे उत्ते पैरवी कर सके, ना उन्हां नूं उत्साह ते हौसला दे सके, उन्हां नूं उत्थे सुट दिता गया। दूजे पासे जिहड़ा उस दिन बादल दी कोठी तक मार्च गया सी, उहदे विच लखे सधाणे दे उत्ते 307 दा परचा बाई नेम किया गया, जदों कि उत्थे हजारां ही दी गिणती विच संगतां उत्थे पुज्जियां सन, उन्हां विच्चों किसी उत्ते भी बाई नेम परचा नहीं दिता गया, सिर्फ उहनूं निशाना बनाया गया। क्यों निशाना बनाया गया? क्योंकि वह उस दिन दोवां पार्टियां दी, कांग्रेस पार्टी दी भी ते बादल दल दी भी आलोचना कर रहा सी कि दोवां पार्टियां ने ही पंजाब दा भट्ठा बालिया, सिख कौम दा भट्ठा बालिया, उस उत्ते परचा दर्ज किया गया। मैं वो एफ आई आर पढ़ी आ, निरा झूठ दा पलंदा वा, क्योंकि एफ आई आर दे विच तीन गल्लां जो होणियां जरूरी ने कि वकूआ कित्थे होया, समा कित्थे सी ते होया की, वो तीन ही गल्लां उहदे विच्चों गैब ने। जिहड़ा टाइम जिहड़ा उहदे विच दस्या गया वा, जिथे एफ आई आर लिखी गई आ उत्थे लिखदे आ 3:30 बजे दा, जिहड़ा कालम हुंदा कि किन्ने बजे तो किन्ने बजे तक दी घटना वा, वह लिखिया 00:00, भाव उहदा की अर्थ बनता कि रात दे 12 बजे तो 12 बजे तक। एक पासे 3:30 बजे दा दसदे आ, दूजे पासे रात दे 12 बजे तो लैके 12 बजे तक। यह सरासर झूठी एफ आई आर आ, जिहड़ी ट्रायल कोर्ट के सामने अड़ेगी नहीं, उत्थे रेत के पहाड़ वांगू गिर जाएगी। तो दूजा उहदे विच की आ, उहदे विच लिखिया इह तां आपां सुणदे रहे हां कि अणपछाते व्यक्तियों के परचा दर्ज किया गया, कि जिहड़े जख्मी होए ने उह एफ आई आर चों भी अणपछाते बनाते गए ने, जिन्हां दे दस्सिया गया कि उत्थे पुलिस मुलाजम जख्मी होए, उहदा उहनां दा किसी का नाम नहीं दिता गया विच एफ आई आर दे। ਇਹ ਕਿ ਉਹ ਜਿਹੜੇ ਜ਼ਖਮੀ ਹੋਏ ਉਹ ਵੀ ਅਣਪਛਾਤੇ ਆ, ਇਹ ਪਹਿਲਾਂ ਸਰਕਾਰ ਨੇ ਇੱਕ ਨਵਾਂ ਹੀ ਕਾਰਨਾਮਾ ਕਰਕੇ ਵਿਖਾਇਆ ਕਿ ਜਿਹੜੇ ਜ਼ਖਮੀ ਹੋਏ ਨੇ ਉਹ ਵੀ ਅਣਪਛਾਤੇ, ਭਾਵ ਨਾ ਕੋਈ ਜ਼ਖਮੀ ਹੋਇਆ ਨਾ ਸਮਾਂ ਪਤਾ ਭਈ ਕਿਹੜੇ ਸਮੇਂ ਉੱਥੇ ਘਟਨਾ ਵਾਪਰੀ, ਅਤੇ ਨਾ ਇਹ ਹੀ ਦੱਸਿਆ ਕਿ ਕਿਨ ਕੀਤੀ, ਸਿਰਫ ਇੱਕ ਲੱਖੇ ਸਧਾਣੇ ਦਾ ਨਾਂ, ਕਿਉਂਕਿ ਉਹ ਰੜਕਦਾ ਸੀ ਬਾਦਲ ਸਰਕਾਰ ਦੇ, ਬਾਦਲ ਪਰਿਵਾਰ ਦੇ ਅਤੇ ਬਾਦਲ ਦਲ ਦੀਆਂ ਅੱਖਾਂ ਵਿੱਚ ਵੀ ਅਤੇ ਕੈਪਟਨ ਸਰਕਾਰ ਦੀਆਂ ਅੱਖਾਂ ਵਿੱਚ ਵੀ। ਉਹਦੇ 'ਤੇ ਬਾਈ ਨੇਮ ਪਰਚਾ ਦਰਜ ਕਰ ਦਿੱਤਾ ਗਿਆ, ਅਤੇ ਦੂਜੇ 60-70 ਅਣਪਛਾਤੇ ਦਰਜ ਕਰ ਲਏ ਗਏ। ਉਹ ਅਣਪਛਾਤਿਆਂ ਦੇ ਵਿੱਚ ਕਿਸੇ ਨੂੰ ਵੀ ਭਾਵੇਂ ਉੱਥੇ ਗਿਆ ਜਾਂ ਨਹੀਂ ਗਿਆ, ਕਿਸੇ ਵੇਲੇ ਵੀ ਫੜ ਕੇ ਉਹਦੇ ਉੱਤੇ ਫਸਾ ਸਕਦੇ ਆ। ਇਹ ਇੱਕ ਝੂਠ ਦਾ ਪਲੰਦਾ ਵਾ ਐਫ ਆਈ ਆਰ, ਸਰਾਸਰ ਮਨ ਘੜਤ ਕੇਸ ਆ ਜਿਹੜਾ ਬਾਦਲ ਪਰਿਵਾਰ ਅਤੇ ਕੈਪਟਨ ਸਰਕਾਰ ਨੇ ਮਿਲ ਕੇ ਬਣਾਇਆ। ਜੇ ਬਾਦਲ ਪਰਿਵਾਰ ਕੰਪਲੇਂਟ ਕਰਦਾ ਤਾਂ ਕੈਪਟਨ ਸਰਕਾਰ ਦੀ ਡਿਊਟੀ ਬਣਦੀ ਸੀ ਕਿ ਉਹ ਵਹਿੰਦੀ ਕਿ ਇਹਦੀ ਕੰਪਲੇਂਟ ਸੱਚੀ ਆ ਜਾਂ ਝੂਠੀ ਆ, ਪਰ ਉਹਨੇ ਇਹ ਸੱਚ ਅਤੇ ਝੂਠ ਦੀ ਪਰਖ ਕਰਨ ਤੋਂ ਬਿਨਾਂ ਹੀ ਰਾਤ ਦੇ 9:30 ਐਫ ਆਈ ਆਰ ਦਰਜ ਕੀਤੀ ਆ। ਜਿਹੜੀ ਐਫ ਆਈ ਆਰ ਦੇ ਵਿੱਚ ਕਹਾਣੀ ਲਿਖੀ ਗਈ ਆ ਉਹਦੇ ਵਿੱਚ ਵਕੂਆ 3:30 ਦਾ ਦੱਸਿਆ ਗਿਆ, ਪਰ ਜਿਹੜਾ ਕਾਲਮ ਆ ਟਾਈਮ ਆਫ ਆਕੋਰੈਂਸ ਕਿੰਨੇ ਤੋਂ ਕਿੰਨੇ ਵਜੇ ਤੱਕ, ਉਹਦੇ 'ਚ ਰਾਤ ਦੇ 12 ਵਜੇ ਦਾ ਬਣਾ ਦਿੱਤਾ ਗਿਆ।
ਬਿਲਕੁਲ ਜੀ ਭਾਈ ਨਰੈਣ ਸਿੰਘ ਚੌੜਾ ਜਿਹੜੇ ਕਿ ਸਪਸ਼ਟ ਕਰ ਚੁੱਕੇ ਆ ਕੀ ਕੁਛ ਉੱਥੇ ਵਾਕਿਆ ਹੋਇਆ, ਕਿੰਨੇ ਵਜੇ ਦਾ ਟਾਈਮ ਸੀ ਉਹਦੇ ਵਿੱਚ ਜਿਹੜੀ ਐੱਫ ਆਈ ਆਰ ਦਰਜ ਕੀਤੀ ਗਈ ਸੀ, ਉਸ ਐੱਫ ਆਈ ਆਰ ਦਾ ਟਾਈਮ ਜਿਹੜਾ ਪਾਇਆ ਸੀ ਉਹ ਗਲਤ ਹੈਗਾ ਵਾ, ਦੱਸ ਰਿਹਾ ਕਿਤੇ ਨਾ ਕਿਤੇ ਜਦੋਂ ਚਲਾਨ ਪੇਸ਼ ਕੀਤਾ ਜਾਊਗਾ ਇਹ ਝੂਠ ਦਾ ਪੁਲੰਦਾ ਹੀ ਕਰਾਰ ਹੋਊਗਾ, ਝੂਠ ਦੇ ਪੁਲੰਦੇ ਉੱਤੇ ਕੇਸ ਦਰਜ ਨਹੀਂ ਹੋ ਸਕਦਾ। ਜਿਹੜਾ ਪ੍ਰੋਟੈਸਟ ਕੱਢਿਆ ਜਾ ਰਿਹਾ ਹੈਗਾ ਬਠਿੰਡੇ ਦੀ ਧਰਤੀ ਦੇ ਉੱਤੇ ਇਸ ਟਾਈਮ ਦੇ ਉੱਤੇ ਵੇਖ ਸਕਦੇ ਹੈ ਦਲ ਖਾਲਸਾ ਵੱਲੋਂ ਅਤੇ ਹੋਰ ਅਨੇਕਾਂ ਜਥੇਬੰਦੀਆਂ, ਜਿਹੜਾ ਕਿ ਲੱਖਾ ਸਧਾਣਾ 'ਤੇ ਪਰਚਾ ਦਰਜ ਹੋਇਆ ਉਸ ਪਰਚਾ ਜਿਹੜਾ ਕੈਂਸਲ ਹੋਣਾ ਚਾਹੀਦਾ। ਦੂਜੇ ਪਾਸੇ ਜਿਵੇਂ ਕਿ ਜੱਗੀ ਚਾਹਲ ਨੂੰ ਪੰਜਾਬ ਤੋਂ ਬਾਹਰ ਤਬਦੀਲ ਕੀਤਾ ਗਿਆ ਹੈਗਾ ਵਾ, ਉਹਦੀ ਜੇਲ੍ਹ ਤਬਦੀਲੀ ਨਾ ਹੋਵੇ ਅਤੇ ਉਹਨੂੰ ਰਿਹਾਅ ਕਰਨ ਦੇ ਮੁੱਦੇ 'ਤੇ ਗੱਲਬਾਤ ਹੋ ਰਹੀ ਹੈ। ਜਸਵੀਰ ਸਿੰਘ ਖੰਡੂਰ ਸਾਡੇ ਨਾਲ ਜਿਹੜਾ ਹੈਗਾ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਜੀ, ਇੱਕ ਪਾਸੇ 'ਤੇ ਕਿਤੇ ਨਾ ਕਿਤੇ ਪ੍ਰੋਟੈਸਟ ਕੀਤੇ ਜਾ ਰਹੇ ਆ, ਧਰਨੇ ਲਾਏ ਜਾ ਰਹੇ ਹੈਗੇ ਆ, ਮੋਰਚੇ ਲਾਏ ਜਾਂਦੇ ਆ ਕਿ ਪੰਜਾਬ ਦੀਆਂ ਜੇਲ੍ਹਾਂ ਤੋਂ ਬਾਹਰ ਸਾਡੇ ਜਿਹੜੇ ਬੰਦੀ ਸਿੰਘ ਹੈਗੇ ਪੰਜਾਬ 'ਚ ਲਿਆਉਂਦੇ ਜਾਣ, ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਜਾ ਕੇ ਰਿਹਾਅ ਕੀਤੇ ਜਾਣ, ਤੁਹਾਨੂੰ ਲੱਗਦਾ ਨਹੀਂ ਕਿ ਇਹ ਸਾਰਾ ਕੁਛ ਇਹ ਤੋਂ ਉਲਟ ਚੱਲ ਰਿਹਾ? ਇਸ ਟਾਈਮ 'ਤੇ ਪੰਜਾਬ ਤੋਂ ਸਗੋਂ ਬਾਹਰੋਂ ਲਿਆਉਣ ਦੀ ਖਾਤਰ ਇਹ ਪੰਜਾਬ ਦੇ 'ਚੋਂ ਬਾਹਰ ਜਾ ਰਹੇ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਹੈਗਾ ਕਿ ਸਿੱਖ ਕੌਮ ਜਿਹੜੀ ਆ ਇਨਸਾਫ ਮੰਗਦੀ ਆ, ਇਨਸਾਫ ਦੇ ਲਈ ਲੜਦੀ ਆ, ਪਰ ਹਿੰਦੁਸਤਾਨ ਦੀਆਂ ਸਰਕਾਰਾਂ ਚਾਹੇ ਉਹ ਸਟੇਟ ਦੀ ਆ ਚਾਹੇ ਉਹ ਸੈਂਟਰ ਦੀ ਆ, ਉਹ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਹੋਰ ਨਵਾਂ ਭਾਜੀ ਪਾਉਂਦੀ ਰਹਿੰਦੀ ਆ ਹਮੇਸ਼ਾ। ਅਸੀਂ ਲੜਾਈ ਕਰ ਰਹੇ ਸੀਗੇ, ਜਿਹੜੇ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ, ਭਾਵੇਂ ਕਿ ਝੂਠੇ ਸੀਗੇ, ਅਦਾਲਤਾਂ ਝੂਠੀਆਂ ਸਨ, ਝੂਠੀਆਂ ਅਦਾਲਤਾਂ ਨੇ ਝੂਠੀਆਂ ਸਜ਼ਾਵਾਂ ਦਿੱਤੀਆਂ, ਉਹ ਵੀ ਪੂਰੀਆਂ ਹੋ ਚੁੱਕੀਆਂ ਕਿ ਉਹਨਾਂ ਨੂੰ ਰਿਹਾਅ ਕਰਾਇਆ ਜਾਵੇ। ਅਤੇ ਪਰ ਇਹ ਸਰਕਾਰ ਨੇ ਹੋਰ ਸਾਡੇ ਨੌਜਵਾਨਾਂ ਦੇ ਉੱਤੇ ਝੂਠੇ ਕੇਸ ਪਾ ਕੇ ਅੰਦਰ ਕੀਤਾ, ਅਤੇ ਉਸ ਤੋਂ ਬਾਅਦ ਅਸੀਂ ਲੜਾਈ ਕਰ ਰਹੇ ਸੀਗੇ ਕਿ ਜਿਹੜੇ ਸਿੰਘ ਬਾਹਰਲੀਆਂ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ, ਅਤੇ ਸਰਕਾਰ ਸਾਡੇ ਨਾਲ ਗੱਲਾਂ ਬਾਤਾਂ ਵੀ ਕਰਦੀ ਹੈ ਸਾਡੇ ਜਿਹੜੇ ਲੀਡਰਾਂ ਦੇ ਨਾਲ, ਪਰ ਐਕਸ਼ਨ ਜਿਹੜੇ ਉਲਟ ਕਰ ਰਹੀ ਹੈ ਸਿੱਖ ਕੌਮ ਨੂੰ ਚੜਾਉਣ ਦੇ ਲਈ। ਜੱਗੀ ਚਾਹਲ ਅਤੇ ਹੋਰ ਜਿਹੜੇ ਉਹਨਾਂ ਦੇ ਨਾਲ ਦੇ ਸਿੰਘ, ਟੋਟਲ 11 ਸਿੰਘਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਟ੍ਰਾਂਸਫਰ ਕਰਨ ਦੇ ਆਰਡਰ ਜਿਹੜੇ ਸੁਪਰੀਮ ਕੋਰਟ ਤੋਂ ਕਰਾ ਲਏ ਨੇ। ਸੋ ਇਹ ਸਾਰੇ ਜਿਹੜੇ ਸੰਕੇਤ ਨੇ ਸਿੱਖ ਕੌਮ ਨੂੰ ਚੜਾਉਣ ਦੇ ਲਈ ਨੇ, ਅਤੇ ਸਿੱਖ ਕੌਮ ਨੂੰ ਉਹ ਮੈਸੇਜ ਦੇਣਾ ਚਾਹੁੰਦੇ ਆ ਸਰਕਾਰਾਂ ਕਿ ਜਿਹੜਾ ਵੀ ਇਨਸਾਫ਼ ਦੀ ਲੜਾਈ ਲੜੇਗਾ ਅਤੇ ਜਿਹੜਾ ਇਨਸਾਫ ਦੀ ਗੱਲ ਕਰੇਗਾ ਉਹਦੇ 'ਤੇ ਅਸੀਂ ਪਰਚੇ ਕਰਾਂਗੇ, ਜਿਵੇਂ ਲੱਖਾ ਸਧਾਣਾ ਅਤੇ ਹੋਰ ਉਹਦੇ ਨਾਲ 40-50-57 ਬੰਦਿਆਂ ਦੇ ਉੱਤੇ ਪਰਚਾ ਕੀਤਾ ਵਾ। ਉਹ 40-50 ਕੌਣ ਨੇ? ਉਹ ਕੋਈ ਵੀ ਹੋ ਸਕਦਾ, ਉਹਨਾਂ 'ਚ ਮੈਂ ਵੀ ਹੋ ਸਕਦਾ, ਤੁਸੀਂ ਵੀ ਹੋ ਸਕਦੇ ਹੋ, ਜਿਹਨੂੰ ਸਰਕਾਰ ਚਾਹੇ ਉਹ 'ਚ ਫਸਾ ਸਕਦੀ ਆ। ਇਹ ਮੈਸੇਜ ਦਿੰਦੀ ਆ, ਅਸੀਂ ਅੱਜ ਜਿਹੜਾ ਇੱਥੇ ਜਿਹੜਾ ਇਹ ਮਾਰਚ ਕਰ ਰਹੇ ਹਾਂ, ਅਸੀਂ ਸਰਕਾਰ ਨੂੰ ਜਿਹੜਾ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ। ਤੂੰ ਪਿਛਲੇ 17 ਸਾਲਾਂ ਦੇ ਵਿੱਚ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਕਰਕੇ ਸਿੰਘ ਸ਼ਹੀਦ ਕੀਤੇ ਨੇ, ਹਜ਼ਾਰਾਂ ਪਰਚੇ ਦਰਜ ਕੀਤੇ ਨੇ ਝੂਠੇ, ਹਜ਼ਾਰਾਂ ਸਿੰਘਾਂ ਨੂੰ ਜੇਲ੍ਹ 'ਚ ਬੰਦ ਕੀਤਾ, ਪਰ ਸਿੱਖ ਕੌਮ ਆਪਣੇ ਇਨਸਾਫ਼ ਦੀ ਲੜਾਈ ਤੋਂ ਭੱਜੀ ਨਹੀਂ, ਲੜਦੀ ਰਹੇਗੀ ਆਪਣੀ ਮੰਜ਼ਿਲ 'ਤੇ ਪਹੁੰਚਣ ਦੇ ਲਈ। ਸਰਕਾਰ ਦਾ ਸਾਡਾ ਇਹ ਮੈਸੇਜ ਆ ਸਰਕਾਰ ਨੂੰ ਕਿ ਸਰਕਾਰ ਇਹਨਾਂ ਹਰਕਤਾਂ ਤੋਂ ਬਾਜ਼ ਆਵੇ, ਸਿੱਖਾਂ ਨੂੰ ਇਨਸਾਫ਼ ਦੇਣਾ ਸ਼ੁਰੂ ਕਰ ਦੇਵੇ, ਨਹੀਂ ਤਾਂ ਸਿੱਖ ਇਸੇ ਤਰ੍ਹਾਂ ਲੜਦੇ ਰਹਿਣਗੇ, ਆਪਣਾ ਲੜ ਕੇ ਇਨਸਾਫ਼ ਲੈਣਗੇ। ਸੋ ਇਹ ਸਾਡਾ ਅੱਜ ਦਾ ਮਾਰਚ ਹੈਗਾ ਵਾ, ਇਹ ਸਰਕਾਰ ਨੂੰ ਮੈਸੇਜ ਆ ਕਿ ਅਸੀਂ ਜਿਹੜਾ ਵਾ ਆਪਣੀਆਂ ਜਿਹੜੀਆਂ ਸਿੱਖ ਕੌਮ ਨੂੰ ਚੜਾਉਣ ਵਾਲੀਆਂ ਜਿਹੜੀਆਂ ਕਾਰਵਾਈਆਂ ਨੇ ਬੰਦ ਕਰੇ, ਜੇ ਸਿੱਖਾਂ ਤੋਂ ਕੁਝ ਰਾਹਤ ਚਾਹੁੰਦੀ ਹੈ ਸਰਕਾਰ। ਬਿਲਕੁਲ ਜੀ, ਪਰਮਜੀਤ ਸਿੰਘ ਜੀ ਸਾਡੇ ਨਾਲ ਫਿਰ ਜੁੜ ਚੁੱਕੇ ਹੈਗੇ ਆ। ਪਰਮਜੀਤ ਜੀ, ਅੱਜ ਜਿਹੜਾ ਤੁਸੀਂ ਇਸ ਟਾਈਮ ਮਾਰਚ ਕੱਢ ਰਹੇ ਹੈਗੇ ਆ, ਬੜੀ ਵੱਡੀ ਤਾਦਾਦ ਦੇ ਵਿੱਚ ਯੂਥ ਤੁਹਾਡੇ ਨਾਲ ਜੁੜਿਆ ਹੈਗਾ ਵਾ, ਤੁਸੀਂ ਵੀ ਯੂਥ ਦੀ ਇਸ ਟਾਈਮ ਅਗਵਾਈ ਕਰ ਰਹੇ ਹੈਗੇ ਆ, ਜੇ ਅੱਜ ਕੋਈ ਇੱਥੇ ਕਾਰਵਾਈ ਨਹੀਂ ਹੁੰਦੀ, ਜੱਗੀ ਚੌਲ ਮਸਲੇ 'ਤੇ ਕਾਰਵਾਈ ਨਹੀਂ ਹੁੰਦੀ, ਲੱਖੇ ਸਧਾਣੇ ਦੇ ਮਸਲੇ 'ਤੇ ਕਾਰਵਾਈ ਨਹੀਂ ਹੁੰਦੀ, ਤਾਂ ਹੁਣ ਇਹ ਸਮਝ ਕਿਹੋ ਜਿਹਾ ਪ੍ਰੋਟੈਸਟ ਉਹ ਲੈ ਕੇ ਜਾਣਗੇ? ਦੇਖੋ, ਪੂਰੇ ਪੰਜਾਬ ਦੇ ਜਿਹੜੇ ਸਿੱਖ ਨੇ ਉਹ ਇਸ ਗੱਲ ਤੋਂ ਚਿੰਤਤ ਨੇ ਕਿ ਸਰਕਾਰਾਂ ਜਿਹੜੇ ਕੇਸ ਸਿੱਖਾਂ ਦੇ ਸਿੱਖ ਨੌਜਵਾਨ ਉੱਪਰ ਪਾਏ ਸੀ, ਜਿਨ੍ਹਾਂ 'ਚੋਂ ਸਜ਼ਾਵਾਂ ਭੋਗ ਚੁੱਕੇ ਨੇ, ਜਿਨ੍ਹਾਂ ਨੂੰ ਰਿਹਾਅ ਕਰਨ ਦਾ ਮੌਕਾ ਹੈ, ਔਰ ਜਿਹਨਾਂ ਨੂੰ ਬਾਹਰਲੀਆਂ ਜੇਲ੍ਹਾਂ ਤੋਂ ਲਿਆ ਕੇ ਇੱਥੇ ਪੰਜਾਬ ਅੰਦਰ ਤਬਦੀਲ ਕਰਨ ਦਾ ਮੌਕਾ, ਉਹ ਉਲਟਾ ਜਿਹੜੇ ਪੰਜਾਬ ਦੇ ਕੇਸ ਨੇ ਜਿਹੜੇ ਨੌਜਵਾਨ ਨੇ ਉਹਨੂੰ ਚੱਕ ਕੇ ਦਿੱਲੀ ਤਿਹਾੜ ਜੇਲ੍ਹ 'ਚ ਸੁੱਟਣ ਜਾ ਰਹੀ ਹੈ। ਸੋ ਪੂਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਲੋਕ ਲਹਿਰ ਹੈ ਇਹ ਉਸਰੇਗੀ, ਭਾਵੇਂ ਅਸੀਂ ਅੱਜ ਸੰਕੇਤਕ ਰੂਪ ਦੇ ਵਿੱਚ ਇੱਥੇ ਮਾਰਚ ਕੱਢ ਕੇ ਇਹ ਗੱਲ ਸ਼ੁਰੂ ਕੀਤੀ ਆ, ਪਰ ਜੇ ਸਰਕਾਰ ਨੇ ਆਪਣੇ ਫੈਸਲੇ ਨੂੰ ਨਾ ਬਦਲਿਆ ਤਾਂ ਉਹਨੂੰ ਪੂਰੇ ਪੰਜਾਬ ਦੇ ਵਿੱਚ ਇਹਦਾ ਰੋਸ ਜਿਹੜਾ ਉਹਦਾ ਸਾਹਮਣਾ ਕਰਨਾ ਪਏਗਾ। ਬਿਲਕੁਲ ਜੀ, ਜੇ ਮੰਨ ਲਓ ਲੱਖੇ ਸਧਾਣੇ ਦੇ ਪਰਚਾ ਕੈਂਸਲ ਨਹੀਂ ਹੁੰਦਾ ਜਾਂ ਜੱਗੀ ਚੌਲ ਨੂੰ ਪੰਜਾਬ ਤੋਂ ਬਾਹਰ ਤਬਦੀਲ ਕੀਤਾ ਜਾਂਦਾ ਹੈਗਾ ਵਾ, ਇਹ ਪਰਮਜੀਤ ਸਿੰਘ ਜੀ ਅਤੇ ਹੋਰ ਅਨੇਕਾਂ ਜਥੇਬੰਦੀ ਜਿਹੜੇ ਪਹੁੰਚੇ ਹੈਗੇ ਆ ਉੱਥੇ, ਉਹਨਾਂ ਵੱਲੋਂ ਰੋਸ ਹੋਰ ਤੇਜ਼ ਕਰ ਦਿੱਤਾ ਜਾਊਗਾ, ਪੂਰੇ ਪੰਜਾਬ ਭਰ 'ਤੇ ਰੋਸ ਕੀਤਾ ਜਾਊਗਾ। ਵੇਖਦੇ ਹਾਂ ਇਹ ਸਰਕਾਰਾਂ ਵੱਲੋਂ ਕੀ ਹੱਥਕੰਡੇ ਅਪਣਾਏ ਜਾਂਦੇ ਆ, ਜਗਤਾਰ ਸਿੰਘ ਜੱਗੀ ਚੌਲ ਮਸਲੇ 'ਤੇ ਕੀ ਕਾਰਵਾਈ ਹੁੰਦੀ ਆ ਅਤੇ ਲੱਖੇ ਸਧਾਣੇ ਦੇ ਮਸਲੇ ਦੇ ਉੱਤੇ ਕੀ ਕਾਰਵਾਈ ਹੁੰਦੀ ਆ, ਪਰਚਾ ਕੈਂਸਲ ਹੁੰਦਾ ਜਾਂ ਇਸੇ ਤਰ੍ਹਾਂ ਪ੍ਰੋਟੈਸਟ ਫਿਰ ਦੁਬਾਰਾ ਕਰਨਾ ਪਊਗਾ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਸਾਡੇ ਵੀਰ ਆ
सड़क से खड़े ने जां बैरीगेटा से खड़े ने वो अंदर आ जाना। जिहड़ा गुरु सर महाराज तो चल के वख वख पिंडां तो हुंदा होया शहर दे सारियां ही तकरीबन कोणियां तो होके डीसी दफ्तर दे बाहर आण के हुण इह समाप्त होऊगा। सो अज दा प्रोग्राम ए सी कि 8 तरीक नूं बरगाड़ी तो एक मार्च रोस मार्च करिया सी जिहड़ा बादल पिंड तक। जदों मार्च बादल पिंड गया तो उत्थे भी इस तरह बड़े बड़े बैरीगेट लगे सी, पुलिस अगे जान नहीं सी देना चाहती, तो वह बैरीगेट तोड़ के जिदे विच लखा सिधाणा होर अनेक आगू ते नाल होर भी सिख संगतां खास करके उस गड्डी दे विच जिस दे विच लखा सिधाणा बलदेव सिंह सरसा भी मौजूद सी। असी सरकारां नूं यह पुछना चाहते हाँ कि परचा कल्ले लखे दे क्यों, बाकी होर 1000-1200-1500 बंदा सी, घट तो घट 500 गड्डी सी, बाकियां दे क्यों नहीं? इहदे विच भी कोई सानू सरकार दी शक्की भीमका भूमका लगती आ। सो मैं वो मार्च जिहड़ा अज असी लै के इत्थे पहुंचे हाँ वो मार्च असी डीसी दफ्तर दे बाहर समाप्त करांगे। सिर्फ पुछ के प्रशासन नूं भी तुसी दसो वो जिहड़ा परचा किस करके पाया, किहदा पाया तुसी? जे 2554 का परचा कटिया तो असला पुलिस दे कोले सी, परचा पुलिस ते बनदा सी। जे बैरीगेट पासे करन दा परचा कटिया तो कल्ला लखा सिधाणा नहीं, 100 आगू बलदेव सिंह सरसा मंड वर्गे अनेक आगू विच शामिल सी, असी मैं भी दास भी विच सी, साढ़े दे क्यों नहीं? अगली गल इन्होंने एक परचे दे विच कही आ कि बंदे जख्मी होए। मैं आई जी दे दफ्तर च एक दिन पहलों भी आया सी कि सानू दसो भी जिहड़ा तुसीं परचा कटिया जिहड़े ने बंदे जख्मी हो किस हस्पताल दे विच, असी उन्हां दा पता लैना चाहुंदे आ। तो हुण असी इह गल दसणी चाहुंदे आ कि जे सरकार ने परचा ना रद्द करिया, जे अपनियां माड़ियां नीतियां साफ ना करियां, तो आने वाला जिहड़ा साडा प्रोग्राम है एक पंजाब लैवल का होगा, वो असी पंजाब लैवल का प्रोग्राम देवांगे। फिर सरकारां ना आखण कि सानू पहलों ना तुसीं दस दें, पहलों दस देंदे तो असी हल कर देंदे। असी अज दा मार्च ये दसण वास्ते, दूजा साडा जिहड़ा प्रोग्राम जिहड़ा इन्हां ने जग्गी जौल वर्गे 11 सिख नौजवान जिन्हां नूं झूठे परचे पा के जेलां दे विच सिट्टिया, ते 2-3 दिन हो गए इन्हां ने उन्हां दा जिहड़ा केस आ दिल्ली भेज दिता। कोर्ट दे विच सिर्फ 30 सकेंट सुनवाई हुई, उहदे ते बहस भी नहीं कीती, ते आर्डर दे दित्ते कि यह सारा केस दिल्ली जाऊगा, नौजवान भी तिहाड़ दी जेल दे विच जाणगे। असी कैप्टन नूं पुछना चाहुंदे आ भी तू वादे कीते सी कि जिहड़े बाहरलियां स्टेटां दे नौजवान उह पंजाब दीआं जेलां च आउणगे, जिहड़े पंजाब दीआं जेलां च आ उहनां दीआं जमानतां होणगीआं, पर उल्टा जिहड़े पंजाब दे विच सी उह वी बाहरलियां जेलां नूं भेजणे शुरू कर दित्ते। सो ये साडा प्रोग्राम सी अज दे मार्च दा, ते हुण मैं बेनती करूँगा भाई परमजीत सिंह मंड अपने विचार रखणगे। वाहिगुरू जी का खालसा, वाहिगुरू जी की खालसा, वाहिगुरू जी की फतेह। सड़क दे उत्ते इन्नी गर्मी दे विच जदों कुछ चंदक साडे वर्गे नौजवान जां खास करके जिहड़े थले बैठे नौजवान ने जदों निकलदे ने, ते कईआं दे जो एसी वालियां गड्डियां दे विच बह के सफ़र कर रहे हुंदे हन, जिन्हां नूं इस समाज दे विच विचरना ते चंगा लगदा आ पर इस समाज की शुद्धता जिहड़ी आ उह लिआउणी चंगी नहीं लगदी। वो कई वारी अजीब जिहियां गल्लां करनगे कि नौजवान अपनी चढ़दी उम्र दे विच अपनी चढ़दी जवानी दे विच किहड़े राए पए ने, पर इहनां नूं कोई पुछण वाला होवे कि वह दिन जिन्हां दिनां दे विच पंजाब दा पाणी शरेआम लुटिया जा रहा होवे, वह दिन जिन्हां दे विच गुरु ग्रंथ साहिब की बेअदबी जिहड़ी आ पंजाब की धरती दे उत्ते शरेआम हो रही होवे, वह दिन जिन्हां दिनां दे विच इत्थे दी नौजवानी नशे दे विच गुलतान हो रही होवे, कि उन्हां दिनां दे विच ये नौजवान जिहड़े ने वह हासे खेड़े मनाउण, जां कि ये नौजवान उन्हां रवायती राजनीतिक पार्टियां दे मगर लगन जिन्हां दे दामन दे उत्ते निर्दोश सिखां नूं जां निर्दोश लोकां नूं कतल करन दे खून दे दाग लगे ने। सो ये साडा फर्ज़ आ, ये कोई एहसान नहीं गा जो असीं इत्थे गर्मी दे विच निकल के कुछ उन्हां बेकसूर लोकां दे हक दे विच नितरे आ। मैनूं कहावत याद है जिहड़ी
यहूदियों ने कदे सुना ही सी कि जो सड़क पर जाते मारिया मैं तां भी चुप रहा, जो किसी होर मारिया मैं तां भी चुप रहा, मेरे गवांढी मारिया मैं तां भी चुप रहा, पर जदना दा के मैनू मारिया तो मेरे हक च बोलन वाला कोई नहीं। सो किते वो दिन ना होण के कल नू तुसीं अपने हक की आवाज़ लैके निकलो, खास करके वो लोग जो बेसुरते हो के बेसुरते तो मेरा कहने का भाव जिन्हां नू मुद्दियां का पता भी आ पर फिर भी इन्हां राजनीतिक पार्टियां के मगर लगे ने, किते वो दिन ना आ जाण जदन उन्हां नू भी अपने हकों के लिए खड़ना पवे तो उन्हां दे नाल खड़न वाला कोई ना रहे। सो उन्हां नू इस चीज़ नू समझना चाहिए आ कि वह सच के नाल खड़न, हक के नाल खड़न, ना कि झूठ ते फरेब दे नाल। हर बार वोटां आउंदियां ने इन्हां नू निर्दोष कतल किए गए दिल्ली के शरेआम जिहड़े आ वो मारे गए सिख जिहड़े ने याद आ जांदे ने ते उन्हां दे उत्ते राजनीति करनी शुरू कर दिंदे ने। पर एक गल साफ आ, चाहे वह मोदी होवे, चाहे वह बादल होवे, ते चाहे वह राहुल गांधी होवे, जिहड़ा कि हुण पिछे जे बयान दे के गया पंजाब आ के कि वह 84 दे सिख दे जिहड़े दोषी ने उन्हां नू सज़ा दवाउण दे हक विच आ, जे वो सज़ा दवाउण दे हक विच आ तो सिर्फ एक गल का जवाब देवे कि क्यों उन्हें कमलनाथ नू मध्य प्रदेश का सीएम बनाया। कि तू चीफ मिनिस्टर या बख्श के तू कहेगा कि सिखां नू तू इंसाफ दवाएगा? सो इस साहब इन्हां दे वोटां वटोरन दे सिर्फ स्टंट ने। नरेंद्र मोदी अज कहिंदा है कि पंजाब नू 84 नहीं भुलना चाहिए, मैं कहना गुजरात नू 2002 भी नहीं भुलना चाहिए जदों इहदे रजीम दे विच इहदी सरकार दे अधीन उहदे बेकसूर मुसलमानां दा कतलेआम कीता गया सी। बादलों नू हर बार 84 चेते आउंदी है, इन्हां नू अपने राज दे विच गुरु ग्रंथ साहिब दी बेअदबी जिहड़ी आ उह कोई मुद्दा ही नहीं जापदी। गल करके वेखो कहिंदे ने इह ते सरकारी बंदे ने, कांग्रेसियां दे दौर दे विच कोई धरनिआं दे उत्ते बवे ते उह कहिंदे ने बादलां दे ने, बादलां दे दौर च बह जाए कांग्रेसियां दे ने। मैं कहिंदा घट्टो घट्ट पहिलां बह के टेबल दे उत्ते डिसाइड ही कर लो कि हैगे किहदे ने। सो असल दे विच इह गुरु ग्रंथ साहिब दे सत्कार दे लई नितरे होए जिहड़े लोग ने इह गुरू दे बंदे ने, इह किसे पार्टी दे बंदे नहीं हैगे। जग्गी जौल दी जिहड़ी आ इन्हां ने उन्हां दे साथियां दी जिवें बाबा जी उन्हां ने दस्सिआ है कि इदा ही बदली कर दिती पंजाब की धरती तो NIA नूं जिहड़ा केस है वह सौंप दिता। सो उत्थे दे जदों MP जिहड़े UK दे MP ने जदों उन्होंने इन्हां दे हक दे विच आवाज़ उठाई, जदों भारतीय सिस्टम नूं दरकार पाई, तो हुण उस चीज़ का बदला लैण दे लई तुसीं उह लोक जिन्हां दे उत्ते सिर्फ अजे दोष ने वह दोषी करार नहीं दिते गए, तुसीं उन्हां ते दोष लाए ने, तो तुसीं उन्हां नूं इस तरीके दे नाल ट्रीट करते पए हो, उन्हां दे नाल इस तरीके नाल व्यवहार करते पए हो जिवें उन्होंने वाकया दोष जिहड़ा है वह कर दिता होवे कोई। सो बिना दोष जाहर होए तुसीं जिहड़ा आ उन्हां नूं इस तरीके दे नाल उन्हां दे नाल व्यवहार करदे पए, उन्हां नूं अपने पंजाब तो दूर करदे पए हो। यह सिर्फ उन्हां नूं नहीं सज़ा दिती जा रही, उन्हां दे रिश्तेदारां नूं, उन्हां दे परिवारां नूं भी सज़ा दिती जा रही है जिहड़े एक लमेरा सफर मार के उन्हां नूं मिलन जाया करनगे। सो इन्हां चीज़ां दी असीं पुरजोर जिहड़ी आ निंदिया करदे हाँ, तो सड़क ते जांदे खास करके नौजवान नूं अपील करदे हाँ कि वह इन्हां मुद्दियां नूं विचारे, चाहे पंजाब दे पाणियां दा, चाहे बेरोजगारी दा, चाहे बेपत्ती दा, बेहुरमती दा, चाहे इत्थे दे नशियां दा, इन्हां सारिआं नूं नजिठणा पऊगा, नहीं तो दिन दूर नहीं जदन आउण वालीआं पीढ़ियां सानूं लाणता पाउणगीआं कि जिहड़े दिनां दे विच पाक गुरु ग्रंथ साहिब महाराज जी की बेअदबी हो रही सी ते असीं अपने घरां दे विच बैठे टीवीआं दे उत्ते गाणे सुण रहे सी। सो सानूं अपने आप दे विच अक्खां दे विच शर्म महसूस हुंदी आ जदों असीं इह दिन वेखदे हां, ते अपने आले दुआले का माहौल भी वेखते हैं जदों वो इन्ना नरम होया बैठा जिवें कुछ हो ही नहीं रहा हुंदा। किहड़े दिन वेखने साडे लई बाकी रह गए ने? सिर्फ एक ही दिन रह गया कि साडी शरीरक मौत होणो रह गई है इन्हां दीआं सड़कां दे उत्ते। जिहड़े बंदिआं ने साडीआं जमीरां नूं इन्ना झंझोड़ के सुट दिता, ये गल्लां उन्हां लई ने खास करके जिहड़े अकाली कांग्रेसी ते BJP वर्गीआं पार्टियां दे मगर अज भी गात्रे पा के तुरे फिरदे ने कि तुहानूं क्यों वो दर्द भुल जांदा है, तुहानूं क्यों वो कुरबानियां भुल जांदियां आ जिहड़ियां इस धरती नूं पवित्र बनाउण दे लई कीतियां गईआं सी, ना कि इस धरती नूं बादलां दी जां मोदियां दी जां कांग्रेसियां दी धरती बनाउण दे लई। इह झूठे नारे ने कि सारा पंजाब फलाने दे नाल, सारा पंजाब फलाने दे नाल, कि असीं पंजाब दे बछिंदे नहीं, असीं रिजैक्ट करदे हां इहनां नूं, इहनां दे झूठे प्रचार ने। सब तो वड्डा झूठ इह सड़कां दे उत्ते लिखदे ने कि सारा परिवार इहनां, सारा पंजाब इहनां दे नाल आ। कोई सारा पंजाब इहनां दे नाल नहीं गे, कुछ चंद खरीदे हुए शरीर इन्हां दे नाल ने जिन्हां नूं इह समें दे उत्ते वरत लैंदे ने, ते उन्हां दे उत्ते असीं यकीन करदे हां जिहड़े अज इक पार्टी च, कल नूं दूसरी च, परसों तीसरी च, ते चौथे दिन फिर उसे पार्टी च आ जांदे ने जिन्हों ये कल गालां कढ रहे हुंदे। सो इन्हां राजनीतिक पार्टियां तो असीं उपर उठीए, इन्हां वोटां दे विचों ना ते अज तक पंजाब नूं ते सिख कौम नूं कुछ मिलिया आ,
तो साडा मनना है कि जिदा का यह संविधान है जिदा दियाँ इतने नीतियां ने जिदा के इतने कानून ने जिन्हों कानूनों ने साड़ी रखवाली करनी सी उन्होंने साडे नौजवानों से झूठे परचे पाते कि जिहड़ा शरेआम पंजाब दे पाणियां दी पंजाब दी बोली की गल करदा तुसीं झूठे परचे पा दिंदे हो ते जिहड़ा शरेआम निर्दोष मारे गए सिखां नूं जिहड़ा आ उह अतवाद का नाम दे के सिखां नूं अतवादी कहिंदा आ उहनूं इत्थे दीआं एमपी दीआं टिकटां दित्तीआं जांदीआं ने सो इहो जिहे निजाम दे विच विचरांगे ते गुरु ग्रंथ साहिब जी की जिहड़ी बेअदबी आ उह दिनों दिन हुंदी रहेगी जे इस दा पक्का हल चाहीदा आ तां इक्को गल दे विच आ कि पंजाब नूं पंजाब दी आज़ादी मिलनी चाहीदी ना कि भारतीय सिस्टम के अधीन वोटां दे विच एम पी जां एम एल ए सानू इन्हां दे एम पी एम एल ए दी कोई जरूरत नहीं खास करके वह जिन्हां नूं मजोरिटी चुनदी नहीं की कहा जाता है जी इत्थे डेमोक्रेसी है जिथे मजोरिटी ऑफ पीपल जिहड़े ने रल के चुनते हैं मैनूं दसो 8% कश्मीर दे विच वोट पई है कित्थों दी मजोरिटी आ 90% लोग उत्थे दे कह रहे हैं कि सानू तुहाडा सिस्टम मंजूर नहीं तो ये 8% के विचों भी जिन्हों 6% वोटा पैंदियां ने कह देंदे लोगों की मजोरिटी आ कि 100 दे विचों 6 जने मजोरिटी होंदे ने सो ये कोरे झूठ ने डेमोक्रेसी के जिहड़े दुनिया के सुट्टे जांदे ने कि वोटों के मजोरिटी जितती आ 30 जने जिहड़े वोटा पाउंदे ने तो सरकार बन जाती सरकार दे विच ते कह दिता जांदा मजोरिटी आ घट्टो घट्ट 50 ते रख लो जे सच ही बोलना है तो घट्टो घट्ट जिन्हें वोटर ने टोटल वोटर ने उन्हों की गिणती के 50% तो रखो जिहड़ा पार्टी ने वोट पाउंदा उन्हें मजोरिटी कहो वो तुम 10-10 पार्टियां लैके एक जना 11% वोटा लेंदा तो मजोरिटी कह देंगे हो ये कोई डेमोक्रेसी नहीं गी इन इंडिया इट्स अ फेक डेमोक्रेसी झूठी डेमोक्रेसी आ इत्थे दा लोकतंत्र झूठा आ इत्थे दे कानून झूठे ने इत्थे दा संविधान झूठा आ ते सच ये आ कि इस संविधान के अंदरन विचरन वाली इत्थे दी राजनीतिक पार्टियां झूठियां ने सो इस झूठ के शलावे चो बाहर निकलीए गुरु वास्ते पंजाब वास्ते पंथ वास्ते जिहड़ियां जवानियां ने उन्हां नूं लाइए अपने दिमाग अपने शरीर जिहड़े ने पंजाब की चढ़ती कला वास्ते लाइए सिख युद्ध पंजाब इस गल की जिहड़ी आ गवाही भरदा है कि वह हमेशा ही पंजाब के हकों के लिए ते सिख कौम के हकों के लिए खड़ा रहूगा वाहिगुरू जी का खालसा वाहिगुरू जी की फतेह।